ਸੋ ਦੋਸਤੋ ਅੱਜ ਫੇਰ ਸਾਂਝ ਪਾਉਣ ਦੇ ਵਾਸਤੇ ਆਪਣੇ ਨਾਲ ਸ਼ਾਮਲ ਨੇ ਬਖਤੌਰ ਸਿੰਘ ਢਿੱਲੋਂ ਸਾਹਿਬ। ਢਿੱਲੋਂ ਸਾਹਿਬ ਦੇ ਬਾਰੇ ਤੁਸੀਂ ਜਾਣਦੇ ਹੋ, ਹਫਤੇ ਚੋਂ ਇੱਕ ਦਿਨ ਆਪਣੇ ਨਾਲ ਉਹ ਜੁੜਦੇ ਆ। ਬਹੁਤ ਕੀਮਤੀ ਵਿਚਾਰ ਤੇ ਖਬਰਾਂ ਦੇ ਅੰਦਰਲੀ ਜਿਹੜੀ ਗੱਲ ਹੁੰਦੀ, ਕਿਉਂਕਿ ਅਖਬਾਰਾਂ ਦੇ ਵਿੱਚ ਅਸੀਂ ਉਹ ਚੀਜ਼ ਪੜ੍ਹਦੇ ਹਾਂ ਜਾਂ ਮੀਡੀਆ ਦੇ ਵਿੱਚ ਉਹ ਦੇਖਦੇ ਹਾਂ ਜਿਹੜੀ ਆਮ ਹੁੰਦੀ ਹੈ, ਆਮ ਗੱਲ ਸਾਨੂੰ ਪਤਾ ਹੁੰਦੀ ਹੈ, ਪਰ ਜਿਹੜੀ ਇੰਟਲੈਕਚੁਅਲ ਪਹੁੰਚ ਦੇ ਜ਼ਰੀਏ ਕੁਝ ਚੀਜ਼ਾਂ ਤੱਕ ਪਹੁੰਚਣਾ ਹੁੰਦਾ ਉਹ ਇੱਕ ਬੁੱਧੀਜੀਵੀ ਵਿਅਕਤੀ ਦੀ ਕੋਸ਼ਿਸ਼ ਹੁੰਦੀ ਹੈ। ਔਰ ਪੱਤਰਕਾਰਤਾ ਦੇ ਖੇਤਰ ਦੇ ਵਿੱਚ ਬੁੱਧੀਜੀਵੀ ਬੜੇ ਥੋੜੇ ਹੁੰਦੇ ਆ, ਇਹ ਵੀ ਗੱਲ ਦੇਖਣ ਵਾਲੀ ਹੈ। ਸੋ ਬਖਤੌਰ ਸਿੰਘ ਢਿੱਲੋਂ ਸਾਹਿਬ ਆਪਣੇ ਨਾਲ ਜੁੜੇ ਨੇ, ਇਹ ਮਾਣ ਵਾਲੀ ਗੱਲ ਹੈ। ਔਰ ਸੋਚ ਇਹਨਾਂ ਦੀ ਤੁਸੀਂ ਜਾਣਦੇ ਹੋ, ਅਪਰੋਚ ਕਿਹੋ ਜਿਹੀ ਹੈ ਉਹਦੇ ਬਾਰੇ ਵੀ ਜਾਣਦੇ ਹੋ। ਜੀ ਢਿੱਲੋਂ ਸਾਹਿਬ ਸਵਾਗਤ, ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਸਾਰੇ ਸਰੋਤਿਆਂ ਨੂੰ, ਤੁਹਾਡੇ ਜ਼ਰੀਏ ਸਤਿ ਸ੍ਰੀ ਅਕਾਲ ਜੀ। ਸੋ ਬਹੁਤ ਮਿਹਰਬਾਨੀ ਢਿੱਲੋਂ ਸਾਹਿਬ ਜੁੜਨ ਦੇ ਵਾਸਤੇ, ਤੇ ਬੜਾ ਕੁਛ ਜੁੜਿਆ ਹੋਇਆ, ਬੜੀਆਂ ਗੱਲਾਂ ਇਹਨਾਂ ਦਿਨਾਂ ਚ ਜੁੜ ਰਹੀਆਂ, ਤੇ ਸਭ ਤੋਂ ਵੱਡੀ ਗੱਲ ਹੈ ਜਿਹੜੀ ਉਹ ਹੈ ਜਸਟਿਨ ਟਰੂਡੋ, ਕੈਨੇਡਾ ਦੇ ਪ੍ਰਧਾਨ ਮੰਤਰੀ, ਉਹ ਪੰਜਾਬ ਆਏ ਹੋਏ ਨੇ। ਭਾਰਤ ਦੀ ਫੇਰੀ ਦੇ ਉੱਤੇ ਉਹਨਾਂ ਦੀ ਬਹੁਤ ਚਰਚਾ ਸੀ, ਤੇ ਅੱਖਾਂ ਤਕਰੀਬਨ ਭਾਰਤੀ ਮੀਡੀਆ ਦੀਆਂ, ਕੈਨੇਡੀਅਨ ਮੀਡੀਆ ਦੀਆਂ ਉਸ ਤੇ ਲੱਗੀਆਂ ਰਹੀਆਂ। ਵਿਦੇਸ਼ਾਂ ਦੇ ਵਿੱਚ ਜਿੱਥੇ ਵੀ ਪੰਜਾਬੀ ਵਸਦੇ ਨੇ ਉਹਨਾਂ ਨੇ ਇਸ ਪਾਸੇ ਕਾਫੀ ਧਿਆਨ ਦਿੱਤਾ। ਇਹ ਜਿਹੜੀ ਫੇਰੀ ਹੈ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ, ਕਿ ਅੱਜ ਜਾਂ ਇਹਨਾਂ ਦਿਨਾਂ ਦੇ ਵਿੱਚ ਇਹ ਫੇਰੀ ਹੈ ਉਹ ਕਿਉਂ ਹੋਈ? ਦੇਖੋ ਸੁਖਨੈਬ ਜੀ, ਜੇ ਆਪਾਂ ਜਸਟਿਨ ਟਰੂਡੋ ਦੀ ਗੱਲ ਕਰੀਏ ਤਾਂ ਸਿਰਫ ਟਰੂਡੋ ਹੀ ਨਹੀਂ, ਇਹਨਾਂ ਦਾ ਪਰਿਵਾਰ ਹੈ ਜਿਹੜਾ ਉਹਨੂੰ ਭਾਰਤ ਪੱਖੀ, ਖਾਸ ਕਰ ਪੰਜਾਬੀਆਂ ਤੇ ਸਿੱਖਾਂ ਦੇ ਪੱਖ ਦਾ ਪਰਿਵਾਰ ਜਾਣਿਆ ਜਾਂਦਾ ਜੀ। ਇਸ ਵੇਲੇ ਬਹੁਤ ਸਾਰੇ ਲੋਕ ਉਹ ਹੈ ਜਿਹੜੇ ਬੜੇ ਲੰਬੇ ਅਰਸੇ ਬਾਅਦ ਕੈਨੇਡਾ ਦੇ ਵਿੱਚ ਪੱਕੇ ਹੋਏ ਹੈ, ਤੇ ਇਹਨਾਂ ਨੂੰ ਪੱਕੇ ਕਰਨ ਦੇ ਵਿੱਚ ਜਿਸ ਸ਼ਖਸ ਦਾ ਸਭ ਤੋਂ ਵੱਡਾ ਯੋਗਦਾਨ ਸੀ ਉਸ ਸਮੇਂ ਉਹ ਸੀ ਟਰੂਡੋ ਦੇ ਪਿਤਾ ਜੀ, ਜਿਹੜੇ ਪ੍ਰਾਈਮ ਮਿਨਿਸਟਰ ਹੁੰਦੇ ਸੀ ਕੈਨੇਡਾ ਦੇ। ਉਹਨਾਂ ਨੇ ਜਿਹੜੇ ਕੱਚੇ ਲੋਕ ਸਾਡੇ ਗਏ ਸੀ, ਕੱਚੇ ਲੋਕਾਂ ਨੂੰ ਉੱਥੇ ਇਹ ਸਹੂਲੀਅਤ ਦਿੱਤੀ ਕਿ ਉਹ ਆਪਣੇ ਪੱਕੇ ਹੋ ਸਕਦੇ, ਉੱਥੇ ਰਹਿ ਸਕਦੇ। ਟਰੂਡੋ ਸਾਹਿਬ ਜੇ ਆਪਾਂ ਦੇਖੀਏ ਤਾਂ ਟਰੂਡੋ ਸਾਹਿਬ ਦਾ ਵੀ ਨਜ਼ਰੀਆ ਆਪਣੇ ਬਾਪ ਵਰਗਾ ਹੀ ਹੈ। ਇਮੀਗ੍ਰੈਂਟ ਦੇ ਹੱਕ ਦੇ ਵਿੱਚ ਜਿੰਨਾ ਇਹ ਭੁਗਤਿਆ ਕੋਈ ਹੋਰ ਨਹੀਂ ਭੁਗਤਿਆ, ਪ੍ਰਧਾਨ ਮੰਤਰੀਆਂ ਤੇ ਇਹਦੇ ਬਾਪ ਤੋਂ ਸਿਵਾ। ਪਿੱਛੇ ਜੇ ਤੁਸੀਂ ਦੇਖਿਆ ਹੋਣਾ ਜੇ ਪਹਿਲਾਂ ਜਦੋਂ ਕਿਸੇ ਹੋਰ ਪਾਰਟੀ ਦੀ ਸਰਕਾਰ ਉੱਥੇ ਹੁੰਦੀ ਸੀ ਉਸ ਵੇਲੇ ਇੰਡੀਅਨਸ ਤੇ ਪੰਜਾਬੀਆਂ ਦੇ ਉੱਤੇ ਕਾਫੀ ਬੰਦਿਸ਼ਾਂ ਲਾਤੀਆਂ ਸੀ, ਮਾਪਿਆਂ ਨੂੰ ਮੰਗਵਾਉਣ ਦੇ ਮਾਮਲੇ ਚ ਬੜਾ ਵਗੈਰਾ ਵਗੈਰਾ। ਲੇਕਿਨ ਟਰੂਡੋ ਸਾਹਿਬ ਜਦੋਂ ਆਏ ਤੇ ਇਹਨਾਂ ਨੇ ਆਪਣੀ ਜਿਹੜੀ ਪਾਲਿਸੀ ਹੈ ਉਸ ਪਾਲਿਸੀ ਦੇ ਵਿੱਚ ਚੇਂਜਸ ਕੀਤੀਆਂ, ਤੇ ਇਸ ਵੇਲੇ ਜੇ ਆਪਾਂ ਦੇਖੀਏ ਤਾਂ ਕੈਨੇਡਾ ਦੂਜਾ ਪੰਜਾਬ ਹੈ। ਜੇ ਮਾਪੇ ਆਪਣੇ ਬੱਚਿਆਂ ਦੇ ਕੋਲੇ ਜਾਂਦੇ ਆ ਤਾਂ ਬਹੁਤ ਵੱਡਾ ਫੈਕਟਰ ਇਹ ਵੀ ਹੈ ਕਿ ਸਾਡੇ ਜਿਹੜੇ ਵਿਦਿਆਰਥੀ ਹੈ ਉਹ ਵਿਦਿਆਰਥੀ ਇੰਡੀਆ ਚੋਂ ਪੰਜਾਬ ਚ ਉੱਥੇ ਜਾ ਰਹੇ ਆ ਤੇ ਉੱਥੇ ਉਹਨਾਂ ਵਿਦਿਆਰਥੀਆਂ ਨੂੰ ਚੰਗੀ ਵਿਦਿਆ ਦੇ ਨਾਲ ਨਾਲ ਉਹਨਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਮੁਹੱਈਆ ਕਰਵਾਏ ਜਾ ਰਹੇ ਆ। ਕੱਲ ਹੀ ਮੇਰੀ ਐਨ ਆਰ ਆਈ ਸੱਜਣ ਨਾਲ ਗੱਲ ਹੋ ਰਹੀ ਸੀ, ਕਹਿੰਦੇ ਵੀ ਪਹਿਲਾਂ ਆਮ ਤੌਰ ਤੇ ਹੁੰਦਾ ਸੀ ਕਿ ਜ਼ਿਆਦਾ ਨੰਬਰ ਜਿਹੜੇ ਹੈ ਉਹ ਉੱਥੇ ਜਿਹੜੇ ਪਹਿਲਾਂ ਪਰਮਿਟ ਤੇ ਗਏ ਹੁੰਦੇ ਉਹਨਾਂ ਨੂੰ ਦਿੱਤੇ ਜਾਂਦੇ ਸੀ, ਵਿਦਿਆਰਥੀਆਂ ਨੂੰ ਇਗਨੋਰ ਕੀਤਾ ਜਾਂਦਾ ਸੀ। ਲੇਕਿਨ ਹੁਣ ਨਵੀਂ ਪਾਲਿਸੀ ਦੇ ਤਹਿਤ ਕਹਿੰਦੇ ਆ ਵੀ ਵਿਦਿਆਰਥੀਆਂ ਨੂੰ ਵੀ ਕਾਫੀ ਨੰਬਰ ਮਿਲਣ ਲੱਗ ਗਏ ਔਰ ਵਿਦਿਆਰਥੀ ਉੱਥੇ ਬੈਠ ਕੇ ਜਿਹੜੇ ਹੈ ਜਲਦੀ ਪੱਕੇ ਹੋ ਸਕਦੇ ਆ। ਸੋ ਉਹਨਾਂ ਦਾ ਜਦੋਂ ਭਾਰਤ ਤੋਂ ਆਉਣਾ ਹੈ, ਖਾਸ ਕਰ ਪੰਜਾਬ ਆਉਣਾ, ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਆਉਣਾ, ਇਹ ਪੰਜਾਬੀਆਂ ਲਈ ਬਹੁਤ ਵੱਡੀ ਉਤਸੁਕਤਾ ਦੀ ਖਬਰ ਸੀ, ਉਹਨਾਂ ਲਈ ਬੜੀ ਵੱਡੀ ਤਰੱਕੀ ਸੀ। ਤੁਸੀਂ ਜ਼ਿਕਰ ਕੀਤਾ ਹੈ ਕਿ ਮੀਡੀਆ ਨੇ ਬੜਾ ਚੱਕਿਆ ਹੋਇਆ, ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਪ੍ਰਿੰਟ ਮੀਡੀਆ ਨੇ ਇਸ ਮਾਮਲੇ ਨੂੰ ਬਹੁਤ ਪਲਕਾਂ ਦੇ ਉੱਤੇ ਲਿਆ, ਟਰੂਡੋ ਸਾਹਿਬ ਦੀ ਫੇਰੀ ਨੂੰ, ਕਿ ਟਰੂਡੋ ਸਾਹਿਬ ਭਾਰਤ ਆਏ ਹੈ, ਪੰਜਾਬ ਆਏ ਹੈ। ਲੇਕਿਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਤੁਸੀਂ ਦੇਖਿਆ ਹੋਣਾ ਇਹਦਾ ਮੁੱਖ ਧਾਰਾ ਦਾ ਇਲੈਕਟ੍ਰੋਨਿਕ ਮੀਡੀਆ ਹੈ, ਉਹਨੇ ਥੋੜੀ ਜਿਹੀ ਬੇਗਾਨਗੀ ਦਿਖਾਈ ਹੈ ਟਰੂਡੋ ਸਾਹਿਬ ਪ੍ਰਤੀ। ਕੱਲ ਜਿਸ ਤਰ੍ਹਾਂ ਹਰਿਮੰਦਰ ਸਾਹਿਬ ਕੰਪਲੈਕਸ ਦੇ ਵਿੱਚ ਟਰੂਡੋ ਸਾਹਿਬ ਆਏ ਹੈ, ਉਹਨਾਂ ਨੂੰ ਲੋਕਾਂ ਦੇ ਸਾਹਮਣੇ ਦਿਖਾਉਣਾ ਚਾਹੀਦਾ ਸੀ, ਉਹਨਾਂ ਨੇ ਉਹ ਨਹੀਂ ਦਿਖਾਇਆ, ਇਹ ਥੋੜਾ ਸਾਨੂੰ ਸਮਝਣਾ ਪੈਣਾ। ਰਹੀ ਗੱਲ ਸਭ ਤੋਂ ਪਹਿਲੀ ਆਪਾਂ ਦੇਖੀ ਕਿ ਟਰੂਡੋ ਸਾਹਿਬ ਇਸ ਵੇਲੇ ਆਏ ਕਿਉਂ, ਇਹ ਹੁਣ ਤੁਹਾਨੂੰ ਪਤਾ ਵੀ ਜਿਵੇਂ ਆਪਾਂ ਪਹਿਲਾਂ ਜ਼ਿਕਰ ਕਰ ਰਹੇ ਹਾਂ ਕਿ ਭਾਰਤ ਦਾ ਬਹੁਤ ਵੱਡਾ ਯੋਗਦਾਨ ਹੈ ਕੈਨੇਡਾ ਦੀ ਡਿਵੈਲਪਮੈਂਟ ਦੇ ਵਿੱਚ ਵੀ, ਕਿਉਂਕਿ ਭਾਰਤੀ ਲੋਕ ਜਿਹੜੇ ਜਾਂਦੇ ਆ ਜਿਹੜੇ ਸਕਿੱਲਡ ਕਾਮੇ ਜਾਂਦੇ ਆ ਜਾਂ ਜਿਹੜੇ ਅਨਸਕਿੱਲਡ ਜਾਂਦੇ ਆ ਉੱਥੇ ਜਾ ਕੇ ਕੰਮ ਕਰਦੇ ਆ, ਉਹਨਾਂ ਨੇ ਜਿੱਥੇ ਆਪਣਾ ਜੀਵਨ ਸੁਧਾਰਿਆ ਹੈ ਉੱਥੇ ਕੈਨੇਡਾ ਦੀ ਆਰਥਿਕਤਾ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾਇਆ। ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜੀ ਹੈਗੀ ਹੈ ਵੋਟ ਦੇ ਪੱਖ ਤੋਂ ਵੀ ਭਾਰਤੀਆਂ ਦੀ ਕਾਫੀ ਉੱਥੇ ਜਿਹੜੀ ਹੈ ਉਹ ਬਹੁਤਾਤ ਹੈ।
ਕਾਫੀ ਉੱਥੇ ਨਾਲੇ ਢਿੱਲੋਂ ਸਾਹਿਬ ਵਿੱਚ ਇੱਕ ਗੱਲ ਹੋਰ ਵੀ ਜੁੜਦੀ ਹੈ ਕਿ ਅਸੀਂ ਇੰਡੀਅਨ ਆ ਜਿਹੜੇ ਵੋਟ ਪੋਲ ਵੀ ਦੂਜਿਆਂ ਨਾਲੋਂ ਵੱਧ ਕਰਦੇ ਹਾਂ ਇਸ ਤਾਂ ਕੋਈ ਸ਼ੱਕ ਨੀ ਹੈ, ਇਹ ਕੋਈ ਸ਼ੱਕ ਨੀ ਹੈ। ਜੇ ਹੁਣ ਆਪਾਂ ਦੇਖੀਏ ਇਸ ਵੇਲੇ ਤਾਂ ਕੱਲੇ ਪੰਜਾਬੀ ਨੀ, ਗੁਜਰਾਤੀ ਵੀ ਕਾਫੀ ਤਾਦਾਦ ਦੇ ਵਿੱਚ ਹੈ ਬੈਠੇ, ਦੱਖਣੀ ਭਾਰਤ ਦੇ ਲੋਕ ਵੀ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਹੈ, ਔਰ ਸਾਡੇ ਪੰਜਾਬੀ ਵੀ ਹੈਗੇ। ਪੰਜਾਬੀ ਤਾਂ ਕਿਉਂਕਿ ਮੰਨੇ ਹੀ ਮਿਹਨਤ ਕਰ ਜਾਂਦੇ ਹੈ, ਉੱਥੋਂ ਦਾ ਟਰਾਂਸਪੋਰਟ ਦਾ ਕਾਰੋਬਾਰ, ਐਗਰੀਕਲਚਰ ਦਾ ਕਾਰੋਬਾਰ, ਇਹਦੇ ਵਿੱਚ ਪੰਜਾਬੀਆਂ ਦੀ ਕਾਫੀ ਜਿਹੜੀ ਹੈਗੀ ਆ ਉਹ ਯੋਗਦਾਨ ਹੈ, ਸ਼ਮੂਲੀਅਤ ਹੈ। ਸੋ ਹੁਣ ਕਿਉਂ ਆਏ ਹੈ ਇਹ ਦੇਖਣ ਵਾਲੀ ਗੱਲ ਹੈ। ਮੈਂ ਇਹ ਮੰਨ ਕੇ ਤੁਰਦਾ ਕਿ ਕੋਈ ਬੰਦਾ ਆਪਣੇ ਆਪ ਨੂੰ ਜਿੰਨਾ ਮਰਜ਼ੀ ਹੈ ਕਹਿ ਦੇਵੇ ਕਿ ਮੈਂ ਨਿਰਪੱਖ ਹਾਂ, ਕੋਈ ਬੰਦਾ ਜਿੰਨਾ ਮਰਜ਼ੀ ਆਪਣੇ ਆਪ ਨੂੰ ਇਹ ਕਹਿ ਦੇਵੇ ਕਿ ਮੇਰੀ ਕੋਈ ਸੋਚ ਨੀ, ਮੇਰੀ ਕੋਈ ਵਿਚਾਰਧਾਰਾ ਨੀ, ਮੇਰੀ ਕੋਈ ਸਿਆਸਤ ਨਹੀਂ, ਮੈਂ ਇਹਦੇ ਨਾਲ ਸਹਿਮਤ ਨਹੀਂ। ਹਰ ਬੰਦੇ ਦੀ ਕੋਈ ਨਾ ਕੋਈ ਵਿਚਾਰਧਾਰਾ ਹੁੰਦੀ ਹੈ, ਹਰ ਬੰਦੇ ਦੀ ਕੋਈ ਨਾ ਕੋਈ ਸਿਆਸਤ ਹੁੰਦੀ ਹੈ, ਔਰ ਹਰ ਬੰਦੇ ਦੇ ਆਪੋ ਆਪਣੇ ਹਿੱਤ ਵੀ ਹੁੰਦੇ ਆ, ਨਿੱਜੀ ਹਿੱਤ ਵੀ ਹੁੰਦੇ ਆ ਤੇ ਦੇਸ਼ਾਂ ਦੇ ਹਿੱਤ ਵੀ ਹੁੰਦੇ ਆ। ਜਿਵੇਂ ਆਪਾਂ ਗੱਲ ਕੀਤੀ ਹੈ ਜੇ ਦੇਖੀਏ ਕੈਨੇਡਾ ਦੀ ਗੱਲ, ਤਾਂ ਕੈਨੇਡਾ ਦੇ ਵਿੱਚ ਪਾਰਲੀਮੈਂਟ ਦੀਆਂ ਕੁੱਲ 328 ਸੀਟਾਂ ਹੈ, ਔਰ 20 ਪੰਜਾਬੀ MP ਹੈ, ਜਿਨ੍ਹਾਂ ਦੇ ਵਿੱਚ ਚਾਰ ਜਿਹੜੇ ਆ ਉਹ ਕੈਬਨਿਟ ਦੇ ਮੰਤਰੀ ਹੈ, ਔਰ ਚਾਰੇ ਦੇ ਚਾਰੇ ਕੈਬਨਿਟ ਦੇ ਮੰਤਰੀ ਜਿਹੜੇ ਹੈਗੇ ਆ ਉਹ ਸਾਡੇ ਪੰਜਾਬ ਦੇ ਹਿੱਸੇ ਹੀ ਆਉਂਦੇ ਆ। ਔਰ ਪੰਜਾਬੀਆਂ ਦੀ ਗਿਣਤੀ ਜੇ ਦੇਖੀਏ ਤਾਂ ਲਗਭਗ 7-8 ਤੋਂ ਲੈ ਕੇ 10 ਲੱਖ ਦੇ ਦਰਮਿਆਨ ਇਹ ਗਿਣਤੀ ਹੈ, ਤੇ 50-60 ਜਿਹੜੀਆਂ ਪਾਰਲੀਮੈਂਟ ਦੀਆਂ ਸੀਟਾਂ ਇਹਨਾਂ ਨੂੰ ਪੰਜਾਬੀ ਪ੍ਰਭਾਵਿਤ ਕਰਦੇ ਹੈ। ਉੱਥੇ ਜਿਹੜੇ ਹੈਗੇ ਜ਼ਿਆਦਾ ਜਿੱਥੇ ਸਾਡਾ ਬੋਲਬਾਲਾ ਪੰਜਾਬੀਆਂ ਦਾ ਉਹ ਹੈ ਬ੍ਰਿਟਿਸ਼ ਕੋਲੰਬੀਆ, ਅੰਟਾਰੀਓ ਤੇ ਅਲਬਰਟਾ। ਅੰਟਾਰੀਓ ਇੱਕ ਅਜਿਹੇ ਜਿਹਾ ਸੂਬਾ ਹੈ ਜਿੱਥੇ ਕਾਫੀ ਪਕੜ ਮਜ਼ਬੂਤ ਹੈ ਟਰੈਂਟੋ ਸਾਹਿਬ ਦੀ ਪਾਰਟੀ ਦੀ, ਉਹ ਬਾਕੀ ਅਲਬਰਟਾ ਔਰ BC ਦੇ ਵਿੱਚ ਇਸ ਵੇਲੇ NDP ਦੀਆਂ ਸਰਕਾਰਾਂ ਚੱਲ ਰਹੀਆਂ। ਇੱਕ ਨਵਾਂ ਕੈਨੇਡਾ ਦੀ ਸਿਆਸਤ ਦੇ ਵਿੱਚ ਸੂਰਜ ਉਦੇ ਹੋਇਆ, ਇੱਕ ਨਵੀਂ ਪਾਰਟੀ ਆਈ ਹੈ NDP। ਪਾਰਟੀ ਭਾਵੇਂ ਪੁਰਾਣੀ ਹੈ ਲੇਕਿਨ ਹੁਣ ਉਸ ਪਾਰਟੀ ਦੀ ਚਰਚਾ ਇਸ ਕਰਕੇ ਹੋ ਰਹੀ ਹੈ ਕਿਉਂਕਿ ਉਸ ਪਾਰਟੀ ਦਾ ਜਿਹੜਾ ਸ਼ਖਸ ਹੁਣ ਆਗੂ ਬਣਿਆ ਹੋਇਆ ਪ੍ਰਧਾਨ ਮੰਤਰੀ ਦਾ ਉਮੀਦਵਾਰ ਹੈ ਉਹਦਾ ਨਾਮ ਹੈ ਜਸਮੀਤ ਸਿੰਘ, ਔਰ ਉਹ ਪੰਜਾਬੀ ਹੈ। ਤੇ ਪੰਜਾਬੀ ਤੋਂ ਅੱਗੇ ਹੋਰ ਵੀ ਵੱਡੀ ਗੱਲ ਹੈ ਕਿ ਉਹ ਸਾਡੇ ਜਿਹੜਾ ਹੈਗਾ ਇਸ ਪੰਜਾਬ ਦਾ ਜਿਹੜਾ ਭਾਰਤੀ ਪੰਜਾਬ ਆ, ਭਾਰਤੀ ਪੰਜਾਬ ਦੇ ਮਾਲਵਾ ਰੀਜਨ ਦੇ ਨਾਲ ਸੰਬੰਧਿਤ ਹੈ, ਉਹਨਾਂ ਦਾ ਪਿਛੋਕੜ ਜਿਹੜਾ ਠੀਕਰੀ ਵਾਲਾ ਪਿੰਡ ਹੈ, ਠੀਕਰੀ ਵਾਲੇ ਪਿੰਡ ਨਾਲ ਹੈ ਉਹਨਾਂ ਦਾ ਪਿਛੋਕੜ, ਔਰ ਇਹ ਠੀਕਰੀ ਵਾਲਾ ਪਿੰਡ ਉਹ ਹੈ ਜਿੱਥੋਂ ਸਰਦਾਰ ਸੇਵਾ ਸਿੰਘ ਠੀਕਰੀ ਵਾਲਾ ਹੋਏ ਸੀ, ਜਿਨ੍ਹਾਂ ਨੇ ਇਸ ਇਲਾਕੇ ਦੇ ਵਿੱਚ ਰਿਆਸਤੀ ਇਲਾਕਿਆਂ ਦੇ ਵਿੱਚ ਪਰਜਾ ਮੰਡਲ ਦੀ ਬੁਨਿਆਦ ਰੱਖੀ। ਪਰਜਾ ਮੰਡਲ ਦੀ ਬੁਨਿਆਦ ਰੱਖਣ ਦਾ ਕਾਰਨ ਇਹੀ ਹੈ ਕਿ ਜਦੋਂ ਅਸੀਂ ਆਜ਼ਾਦੀ ਦੀ ਲੜਾਈ ਲੜ ਰਹੇ ਸੀ ਉਸ ਵੇਲੇ ਸਾਡਾ ਪੰਜਾਬ ਹੈ ਜਿਹੜਾ ਇਹ ਦੋ ਹਿੱਸਿਆਂ ਚ ਵੰਡਿਆ ਹੋਇਆ ਸੀ। ਇੱਕ ਹਿੱਸਾ ਸੀ ਅੰਗਰੇਜ਼ੀ ਪੰਜਾਬ, ਉਹ ਪੰਜਾਬ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਹੁੰਦੀ ਸੀ, ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਚਲਾਣਾ ਕਰ ਗਏ ਉਹਨਾਂ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ, ਤੇ ਮਹਾਰਾਜਾ ਸਾਹਿਬ ਦਾ ਜਿਹੜਾ ਰਾਜ ਸੀਗਾ ਉਹ ਸਾਰਾ ਅੰਗਰੇਜ਼ਾਂ ਦੇ ਮਤਹਿਤ ਹੋ ਗਿਆ ਸੀ, ਉਹਨੂੰ ਅਸੀਂ ਕਹਿ ਦਿੰਦੇ ਹਾਂ ਅੰਗਰੇਜ਼ੀ ਪੰਜਾਬ। ਬਾਕੀ ਦੂਸਰਾ ਪੰਜਾਬ ਦਾ ਜਿਹੜਾ ਹਿੱਸਾ ਸੀ ਇਹ ਸੀ ਰਿਆਸਤੀ, ਮਤਲਬ ਜਿੱਥੇ ਜਿੱਥੇ ਦੇਸੀ ਰਿਆਸਤਾਂ ਸੀ ਇਹਨਾਂ ਰਿਆਸਤਾਂ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਉਸ ਵੇਲੇ ਆਜ਼ਾਦੀ ਦੀ ਲੜਾਈ ਦੀ ਝੰਡਾ ਬਰਦਾਰ ਸੀ ਉਹਦਾ ਨਜ਼ਰੀਆ ਥੋੜਾ ਜਿਹਾ ਨਕਾਰਾਤਮਕ ਸੀ। ਅੰਗਰੇਜ਼ੀ ਪੰਜਾਬ ਦੇ ਵਿੱਚ ਤਾਂ ਉਹ ਲੜਾਈ ਲੜ ਰਹੇ ਸੀ, ਇੱਕ ਰਿਆਸਤਾਂ ਵਾਲੇ ਪਾਸੇ ਜਾਂ ਰਿਆਸਤੀ ਭਾਰਤ ਵਾਲੇ ਪਾਸੇ ਉਹਨਾਂ ਦੀ ਦਿਲਚਸਪੀ ਇਸ ਕਰਕੇ ਘੱਟ ਸੀ ਕਿਉਂਕਿ ਸਮਝਦੇ ਸੀ ਕਿ ਜਿਹੜੇ ਦੇਸੀ ਰਾਜੇ ਹੈ ਇਹ ਤਾਂ ਭਾਰਤੀ ਹੈ, ਇਹ ਭਾਵੇਂ ਰਹਿਣਾ ਸੀ ਇਹਨਾਂ ਤੋਂ ਕੀ ਲੈਣਾ, ਸਾਨੂੰ ਤਾਂ ਕੱਢਣ ਵਾਸਤੇ ਅੰਗਰੇਜ਼ ਚਾਹੀਦੇ। ਸੋ ਸਾਡੇ ਦੇਸੀ ਲੋਕ ਸੀ, ਦੇਸੀ ਲੋਕਾਂ ਦੇ ਉੱਤੇ ਸ਼ਬਦ ਤੋਂ ਬਹੁਤ ਜ਼ਿਆਦਾ ਹੁੰਦਾ ਸੀ ਕਿਉਂਕਿ ਸਾਨੂੰ ਦੂਰੀ ਗੁਲਾਮੀ ਦਾ ਸਾਹਮਣਾ ਕਰਨਾ ਪੈਂਦਾ ਸੀ। ਇੱਕ ਗੁਲਾਮੀ ਤਾਂ ਰਾਜਿਆਂ ਦੀ ਹੋ ਗਈ ਤੇ ਫਿਰ ਰਾਜਿਆਂ ਦੇ ਉੱਤੇ ਗਾਂ ਅੰਗਰੇਜ਼ ਹੁੰਦੇ ਸੀ, ਦੂਰੀ ਗੁਲਾਮੀ ਦੇ ਵਿੱਚ ਲੋਕ ਪਿਸ ਰਹੇ ਸੀ। ਸੋ ਇਸ ਇਲਾਕੇ ਦੇ ਲੋਕਾਂ ਦੀਆਂ ਜਿਹੜੀਆਂ ਆਸਾਂ ਉਮੰਗਾਂ ਸੀ ਉਹਨਾਂ ਨੂੰ ਬੂਰ ਨਹੀਂ ਸੀ ਪੈਂਦਾ, ਉਹਨਾਂ ਦੀ ਲੁੱਟ ਖਸੁੱਟ ਵੀ ਹੁੰਦੀ ਸੀ, ਉਹਨਾਂ ਤੇ ਜਾਤੀਆਂ ਵੀ ਹੁੰਦੀਆਂ ਸੀ, ਇੱਥੋਂ ਤੱਕ ਕਿ ਉਹਨਾਂ ਨੂੰ ਪੜ੍ਹਨ ਵਾਸਤੇ ਮੌਕੇ ਵੀ ਮੁਹੱਈਆ ਨਹੀਂ ਸਨ ਹੁੰਦੇ ਕਿਉਂਕਿ ਰਾਜਿਆਂ ਨੇ ਆਪਣੇ ਇਲਾਕਿਆਂ ਦੇ ਵਿੱਚ ਇਸ ਕਰਕੇ ਸਕੂਲ ਨਹੀਂ ਸੀ ਖੁੱਲਣ ਦਿੱਤੇ ਕਿਉਂਕਿ ਉਹ ਸਮਝਦੇ ਸੀ ਕਿ ਸਕੂਲ ਖੁੱਲ ਗਏ ਲੋਕ ਜਾਗਰੂਕ ਹੋ ਗਏ ਤਾਂ ਫਿਰ ਸਾਡੇ ਵੀ ਖਤਰਾ ਪੈਦਾ ਹੋ ਸਕਦਾ ਹੈ। ਤੇ ਬਹੁਤੇ ਥਾਈ ਆਪਣੇ ਪੁਰਾਣੇ ਬਜ਼ੁਰਗ ਜਿਵੇਂ ਦੱਸਦੇ ਹੁੰਦੇ ਆ ਆਮ ਤੌਰ ਤੇ ਗੁਰਦੁਆਰਾ ਸਾਹਿਬਾਨ ਤੇ ਡੇਰੇ ਵਿੱਦਿਆ ਦਾ ਕੇਂਦਰ ਉਹੀ ਹੁੰਦਾ ਸੀ, ਤੇ ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਰਾਜਿਆਂ ਦੇ ਜ਼ਮਾਨਿਆਂ ਦੇ ਵਿੱਚ ਫਿਰ ਗੁਰਦੁਆਰੇ ਜਿਹੜੇ ਸੀਗੇ ਗੁਰੂ ਘਰ ਬਣਨ ਵਾਲੇ ਸੀ ਉਹਨਾਂ ਤੇ ਵੀ ਅਣ ਐਲਾਨੀ ਪਾਬੰਦੀ ਲਾਤੀ ਸੀ, ਗੁਰਦੁਆਰਿਆਂ ਦਾ ਨਿਰਮਾਣ ਵੀ ਨਹੀਂ ਸੀ ਹੋਣ ਦਿੰਦੇ ਕਿ ਕਿਤੇ ਲੋਕ ਪੜ੍ਹ ਲਿਖ ਕੇ ਜਾਗਰੂਕ ਨਾ ਹੋ ਜਾਣ ਤੇ ਸਾਡੇ ਲਈ ਖਤਰਾ ਪੈਦਾ ਹੋ। ਤਾਂ ਉਸ ਵੇਲੇ ਜਿਸ ਸ਼ਖਸ ਨੇ ਫਿਰ ਇੱਕ ਲਹਿਰ ਬਣਾਈ
ਬਹੁਤ ਸਾਰੇ ਦੇਸ਼ ਭਗਤ ਹੋਰ ਵੀ ਨਾਲ ਸੀ ਤੇ ਉਹਨਾਂ ਨੇ ਇੱਕ ਪਰਜਾ ਮੰਡਲ ਲਹਿਰ ਬਣਾਈ ਤੇ ਉਹਦੀ ਬੁਨਿਆਦ ਸਰਦਾਰ ਸੇਵਾ ਸਿੰਘ ਠੀਕਰੀ ਵਾਲਾ ਨੇ ਰੱਖੀ ਸੀ ਤੇ ਸੇਵਾ ਸਿੰਘ ਠੀਕਰੀ ਵਾਲਾ ਹੀ ਉਹਨਾਂ ਦੇ ਮਤਲਬ ਜਿਹੜੇ ਉਸ ਪਰਜਾ ਮੰਡਲ ਲਹਿਰ ਦੇ ਪ੍ਰਧਾਨ ਸੀ ਤੇ ਇਹ ਜਗਮੀਤ ਸਿੰਘ ਜਿਹੜੇ ਹੈਗੇ ਹੈ ਉੱਥੇ ਦੇ ਕੈਨੇਡਾ ਦੀ ਐਨਡੀਪੀ ਪਾਰਟੀ ਦੇ ਜਿਹੜੇ ਆਗੂ ਹੈ ਇਹ ਸਰਦਾਰ ਸੇਵਾ ਸਿੰਘ ਠੀਕਰੀ ਵਾਲਾ ਦੇ ਖਾਨਦਾਨ ਨਾਲ ਹੀ ਸੰਬੰਧਿਤ ਹੈ। ਸੰਪੂਰਨ ਰੂਪ ਦੇ ਵਿੱਚ ਉਹ ਗੁਰਸਿੱਖ ਹੈ, ਬਿਲਕੁਲ ਦਸਤਾਰ ਵੀ ਜਿਹੜੀ ਹੈਗੀ ਉਹਨਾਂ ਦੀ ਸਿੱਖੀ ਲਿਬਾਸ ਦੇ ਮੁਤਾਬਕ ਉਹ ਪਹਿਣਦੇ ਹੈ, ਵੈਲ ਐਜੂਕੇਟਡ ਹੈ, ਪੰਜਾਬੀ ਉਰਦੂ ਅੰਗਰੇਜ਼ੀ ਦੇ ਉੱਤੇ ਉਹਨਾਂ ਦੀ ਬੜੀ ਵਧੀਆ ਕਮਾਂਡ ਹੈ। ਔਰ ਮੈਂ ਤੁਸੀਂ ਵੀ ਜਾ ਕੇ ਆਓ ਕੈਨੇਡਾ, ਤੁਸੀਂ ਦੇਖਿਆ ਹੋਣਾ ਕਿ ਸਾਡਾ ਜਿਹੜਾ ਪੰਜਾਬੀ ਭਾਈਚਾਰਾ ਹੈ, ਪੰਜਾਬੀ ਭਾਈਚਾਰੇ ਦੇ ਵਿੱਚ ਜਗਮੀਤ ਸਿੰਘ ਦੀ ਆਮਦ ਨੂੰ ਲੈ ਕੇ ਪੋਲੀਟਿਕਸ ਦੇ ਵਿੱਚ ਪ੍ਰਧਾਨ ਮੰਤਰੀ ਜਾਂ ਕੈਂਡੀਡੇਟ ਬਣਨ ਦੀ ਆਮਦ ਨੂੰ ਲੈ ਕੇ ਬਹੁਤ ਜ਼ਿਆਦਾ ਉਤਸ਼ਾਹ ਤੇ ਉਤਸੁਕਤਾ ਹੈ ਜੀ। ਉਹ ਪੰਜਾਬੀਆਂ ਦਾ ਖਾਸ ਕਰ ਸਿੱਖਾਂ ਦਾ ਰੁਝਾਨ ਜਗਮੀਤ ਸਿੰਘ ਵਾਲੇ ਪਾਸੇ ਨੂੰ ਜਾਂਦਾ ਦਿਖ ਰਿਹਾ ਹੈ। ਡੂਡੋ ਸਾਹਿਬ ਕਿਉਂਕਿ ਇਹਨਾਂ ਦੀ ਪਾਰਟੀ, ਇਹਨਾਂ ਦੇ ਪਿਤਾ ਜੀ, ਇਹਨਾਂ ਨੇ ਵੀ ਪ੍ਰਵਾਸੀਆਂ ਲਈ ਕਾਫੀ ਚੰਗੇ ਕੰਮ ਕੀਤੇ ਹੈ, ਇਸ ਲਈ ਚੋਣਾਂ ਹੁਣ ਆ ਗਈਆਂ, ਥੋੜਾ ਚਿਰ ਰਹਿ ਗਿਆ ਚੋਣਾਂ ਚ, ਤੇ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਇਆ ਹਰ ਪਾਰਟੀ ਹਰ ਲੀਡਰ ਆਪੋ ਆਪਣਾ ਫਿਰ ਥੋੜਾ ਜਿਹਾ ਆਧਾਰ ਮਜ਼ਬੂਤ ਕਰਨਾ ਚਾਹੁੰਦਾ ਹੈ। ਸੋ ਜਸਟਿਨ ਟਰੂਡੋ ਸਾਹਿਬ ਵੀ ਇਹ ਮਹਿਸੂਸ ਕਰਦੇ ਆ ਕਿ ਪੰਜਾਬੀਆਂ ਨੂੰ ਥੋੜਾ ਜਿਹਾ ਕਹਿਆ ਜਾਵੇ, ਪੰਜਾਬੀਆਂ ਨੂੰ ਆਪਣੇ ਨਾਲ ਜੋੜਿਆ ਜਾਵੇ। ਉਹਨਾਂ ਦੇ ਮੁਤਾਬਕ ਜਿਹੜੇ ਬਾਕੀ ਉੱਥੇ ਤਾਂ ਉਹਨਾਂ ਨੇ ਕੰਮ ਧੰਦੇ ਕਰਨੇ ਹੀ ਹੈ, ਤੇ ਨਾਲ ਉਹ ਇਹ ਵੀ ਪ੍ਰਭਾਵ ਦੇਣਾ ਚਾਹੁੰਦੇ ਆ ਕਿ ਭਾਰਤ ਦੇ ਨਾਲ ਵੀ ਉਹਨਾਂ ਦਾ ਵਿਸ਼ੇਸ਼ ਰੋਲ ਹੈ। ਉਹ 17 ਫਰਵਰੀ ਆਪਣੀ ਫਰਵਰੀ ਤੋਂ ਟਰੂਡੋ ਸਾਹਿਬ ਇੱਧਰ ਆਏ ਹੋਏ ਹੈ ਤੇ 17 ਫਰਵਰੀ ਤੋਂ ਲੈ ਕੇ ਉਹਨਾਂ ਨੇ ਜਿੱਥੇ ਜਿੱਥੇ ਵੀ ਕਿਤੇ ਦੌਰਾ ਕੀਤਾ ਹੈ, ਉਹ ਤਾਜ ਮਹਿਲ ਦੇਖਣ ਵਾਸਤੇ ਗਏ। ਤਾਜ ਮਹਿਲ ਇੱਕ ਅਜੂਬਾ ਤਾਂ ਹੈ ਹੀ ਹੈ ਦੁਨੀਆ ਦਾ, ਪਰ ਨਾਲ ਇਹ ਵੀ ਸਾਨੂੰ ਚੰਗੀ ਤਰ੍ਹਾਂ ਪਤਾ ਵੀ ਤਾਜ ਮਹਿਲ ਦੀ ਤਾਮੀਰ ਉਹਦੀ ਉਸਾਰੀ ਇੱਕ ਮੁਸਲਮਾਨ ਬਾਦਸ਼ਾਹ ਨੇ ਕਰਵਾਈ ਸੀਗੀ, ਮੁਸਲਮਾਨਾਂ ਦੀਆਂ ਭਾਵਨਾਵਾਂ ਵੀ ਇਹਦੇ ਨਾਲ ਜੁੜਦੀਆਂ। ਫਿਰ ਟਰੂਡੋ ਸਾਹਿਬ ਜਾਂਦੇ ਆ ਤੁਹਾਡੇ ਗੁਜਰਾਤ, ਔਰ ਗੁਜਰਾਤ ਦੇ ਵਿੱਚ ਵੀ ਜਾ ਕੇ ਉਹ ਸਾਬਰਮਤੀ ਦੇ ਆਸ਼ਰਮ ਚ ਜਾਂਦੇ ਆ ਜਿਹਦੇ ਨਾਲ ਗਾਂਧੀ ਜੀ ਦਾ ਸੰਬੰਧ ਰਿਹਾ, ਗਾਂਧੀ ਜੀ ਨੇ ਉਹ ਆਸ਼ਰਮ ਬਣਾਇਆ ਸੀ, ਤੇ ਗੁਜਰਾਤੀਆਂ ਦੀਆਂ ਭਾਵਨਾਵਾਂ ਵੀ ਸਾਬਰਮਤੀ ਆਸ਼ਰਮ ਦੇ ਨਾਲ ਜੁੜੀਆਂ ਹੋਈਆਂ। ਇਸੇ ਤਰ੍ਹਾਂ ਉਹ ਮੁੰਬਈ ਗਏ, ਉੱਥੇ ਵੀ ਜਾ ਕੇ ਉਹਨਾਂ ਨੇ ਆਪਣੇ ਕਾਰੋਬਾਰੀਆਂ ਨਾਲ ਗੱਲਬਾਤ ਕੀਤੀ, ਤੇ ਹੁਣ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਹੈ। ਅੰਮ੍ਰਿਤਸਰ ਸਾਹਿਬ ਕਿਉਂਕਿ ਸਾਡਾ ਬਹੁਤ ਵੱਡਾ ਧਾਰਮਿਕ ਕੇਂਦਰ ਹੈ, ਔਰ ਹਰਿਮੰਦਰ ਸਾਹਿਬ ਦੀ ਦੁਨੀਆਂ ਦੇ ਵਿੱਚ ਇੱਕ ਆਪਣੀ ਵੱਖਰੀ ਪਛਾਣ ਹੈਗੀ, ਇਸ ਕਰਕੇ ਉਹ ਆਏ ਉੱਥੇ ਤੇ ਉੱਥੇ ਉਹਨਾਂ ਨੇ ਆ ਕੇ ਆਪਣਾ ਨਤਮਸਤਕ ਹੋਏ, ਸੇਵਾ ਵੀ ਕੀਤੀ ਹੈ, ਪ੍ਰਕਰਮਾ ਵੀ ਕੀਤੀ ਹੈ। ਔਰ ਵੱਡੀ ਗੱਲ ਇਹ ਹੈ ਕਿ ਜਿੱਥੇ ਕਿਤੇ ਵੀ ਗਏ ਹੈ ਟੂਡੋ ਸਾਹਿਬ, ਉਹਨਾਂ ਨੇ ਲਗਭਗ ਉਸੇ ਖਿੱਤੇ ਦਾ ਲਿਬਾਸ ਪਹਿਨਿਆ ਉਹਨਾਂ ਨੇ ਤੇ ਉਹਨਾਂ ਦੇ ਪਰਿਵਾਰ ਨੇ। ਸੋ ਮੈਂ ਮਹਿਸੂਸ ਕਰਦਾ ਕਿ ਜਿਹੜੀ ਜਗਮੀਤ ਸਿੰਘ ਦੀ ਕਾਘ ਹੈ ਜਾਂ ਜਿਹੜੀ ਜਗਮੀਤ ਸਿੰਘ ਦੀ ਚੜ੍ਹਾਈ ਹੈ, ਜਗਮੀਤ ਸਿੰਘ ਦੀ ਚੜ੍ਹਾਈ ਦੀ ਕਾਠ ਦੇ ਸੰਬੰਧ ਦੇ ਸੰਦਰਭ ਦੇ ਵਿੱਚ ਟੂਡੋ ਸਾਹਿਬ ਦਾ ਭਾਰਤ ਦੌਰਾ ਹੋਇਆ, ਕਿਉਂਕਿ ਅਗਲੇ ਦਿਨਾਂ ਦੇ ਵਿੱਚ ਉਹਨਾਂ ਨੇ ਕਹਿੰਦੇ ਜਾਮਾ ਮਸਜਿਦ ਵੀ ਜਾਣਾ। ਇਸ ਲਈ ਰਾਜਨੀਤਿਕ ਤੌਰ ਤੇ ਇਹ ਬਹੁਤ ਅਹਿਮ ਹੈ ਟੂਡੋ ਸਾਹਿਬ ਲਈ ਤੇ ਸਾਡੇ ਲਈ। ਲੇਕਿਨ ਇੱਥੇ ਇੱਕ ਗੱਲ ਹੋਰ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਭਾਰਤ ਸਰਕਾਰ ਨੇ ਉਹਨਾਂ ਦਾ ਜਿਹੜਾ ਹੈਗਾ ਖੈਰ ਮਕਦਮ ਜਾਂ ਜਿਹੜਾ ਉਹਨਾਂ ਦਾ ਆਓ ਭਗਤ ਕਰਨੀ ਸੀ ਉਹ ਜਿੰਨੀ ਕਰਨੀ ਚਾਹੀਦੀ ਸੀ ਉਨੀ ਆਓ ਭਗਤ ਨਹੀਂ ਹੋਈ। ਔਰ ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ ਕਿ ਭਾਰਤੀ ਮੀਡੀਆ ਨੇ ਵੀ ਉਹਨਾਂ ਪ੍ਰਤੀ ਜਿਹੜੀ ਦਿਲਚਸਪੀ ਦਿਖਾਉਣੀ ਚਾਹੀਦੀ ਸੀ ਉਹ ਨਹੀਂ ਦਿਖਾਈ, ਖਾਸ ਕਰ ਇਲੈਕਟ੍ਰੋਨਿਕ ਮੀਡੀਆ ਨੇ। ਉਹਦਾ ਕਾਰਨ ਵੀ ਕੀ ਹੈ, ਕਿਉਂਕਿ ਇਲੈਕਟ੍ਰੋਨਿਕ ਮੀਡੀਆ ਜਿਹੜਾ ਹੈਗਾ ਸਾਰਾ ਇਹ ਕਾਰਪੋਰੇਟ ਘਰਾਣਿਆਂ ਦੇ ਕੰਟਰੋਲ ਚ ਹੈ, ਤੇ ਇਸ ਵੇਲੇ ਕੀ ਜਿਹੜੀ ਹੈਗੀ ਕਾਰਪੋਰੇਟ ਲਾਬੀ ਭਾਰਤ ਦੀ ਉਹ ਬੀਜੇਪੀ ਦੀ ਬੰਸਰੀ ਉੱਤੇ ਲੱਗੀ ਹੋਈ ਹੈ। ਜਿਵੇਂ ਬੀਜੇਪੀ ਦੀ ਜਾਂ ਆਰਐਸਐਸ ਦੀ ਬੰਸਰੀ ਦੇ ਵਿੱਚੋਂ ਸੁਰਾਂ ਨਿਕਲਦੀਆਂ ਉਹ ਸੁਰਾਂ ਦੇ ਨਾਲ ਸੁਰਾਂ ਮਿਲਾਉਂਦੇ ਹੈ, ਇਸ ਲਈ ਉਹਨਾਂ ਨੂੰ ਇਸ ਗੱਲ ਦਾ ਪਤਾ ਕਿ ਜਦੋਂ ਸਾਡੇ ਸਿਆਸੀ ਆਗੂ ਨਹੀਂ ਚਾਹੁੰਦੇ ਕਿ ਇਹਨਾਂ ਦੀ ਬੱਲੇ ਬੱਲੇ ਹੋਵੇ ਟਰੂਡੋ ਸਾਹਿਬ ਦੀ, ਤੇ ਆਪਾਂ ਵੀ ਇਹਨਾਂ ਨੂੰ ਥੋੜਾ ਜਿਹਾ ਛਟਾਉਣ ਦੀ ਕੋਸ਼ਿਸ਼ ਕਰੀਏ, ਤੇ ਉਹਨਾਂ ਨੇ ਛਟਾਉਣ ਦੀ ਕੋਸ਼ਿਸ਼ ਕਰੀ ਹੈ ਕਿ ਆਦਿ ਇਸ ਥਾਂ ਦੇ ਉੱਤੇ ਇੱਕ ਨਾ ਪੱਕੀ ਕਦਮ ਹੈ। ਸਾਡੇ ਜਦੋਂ ਅੰਮ੍ਰਿਤਸਰ ਸਾਹਿਬ ਆਉਂਦੇ ਹੈ, ਅੰਮ੍ਰਿਤਸਰ ਸਾਹਿਬ ਆਉਣ ਦੇ ਉੱਤੇ ਬੜੀ ਸਾਡੇ ਵਾਸਤੇ ਪੋਜੀਟਿਵ ਗੱਲ ਇਹ ਹੋਈ ਕਿ ਪਹਿਲਾਂ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਦੇ ਥੋੜੇ ਜਿਹੇ ਡਿਫਰੈਂਸਿਸ ਸੀ ਕੈਨੇਡਾ ਦੀ ਸਰਕਾਰ ਨਾਲ, ਉਹ ਡਿਫਰੈਂਸਿਸ ਕਿਸੇ ਹੱਦ ਤੱਕ ਜਿਹੜੇ ਹੈਗੇ ਹੈ ਉਹ ਕਾਬੂ ਚ ਆਏ। ਸਾਨੂੰ ਇਸ ਗੱਲ ਨੂੰ ਅਸੀਂ ਭੁੱਲੇ ਹੋਏ ਨਹੀਂ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਐਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ਾਂ ਦਾ ਦੌਰਾ ਕੀਤਾ ਸੀ, ਵਿਦੇਸ਼ੀ ਜਿਹੜੇ ਸਾਡਾ ਭਾਈਚਾਰਾ ਹੈ ਸਾਡਾ ਡਾਇਸਪੋਰਾ ਹੈ ਉਹਦੀ ਹਿੰਮਤ ਲੈਣ ਵਾਸਤੇ ਉਹਨਾਂ ਨੇ ਯਤਨ ਕੀਤੇ ਸੀ,
ਅਮਰੀਕਾ ਚੋਂ ਚਲੇ ਗਏ ਸੀ ਲੇਕਿਨ ਕੈਨੇਡਾ ਦੇ ਵਿੱਚੋਂ ਨਹੀਂ ਸੀ ਆ ਸਕੇ। ਕੈਨੇਡਾ ਦੇ ਵਿੱਚ ਸਾਡੇ ਹੀ ਭਾਈਚਾਰੇ ਦੇ ਇੱਕ ਹਿੱਸੇ ਨੇ। ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਕੀਤਾ ਸੀ, ਉਹਨਾਂ ਨੇ ਇਲਜ਼ਾਮ ਲਾਇਆ ਸੀ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਦੋਸ਼ ਕੈਪਟਨ ਅਮਰਿੰਦਰ ਸਿੰਘ ਤੇ ਵੀ ਲੱਗਦੇ ਹੈ, ਇਸ ਲਈ ਇਹਨਾਂ ਨੂੰ ਆਪਣੀ ਸਿਆਸੀ ਗੱਲ ਕਹਿਣ ਦਾ ਮੌਕਾ ਨਹੀਂ ਮਿਲਣਾ ਚਾਹੀਦਾ। ਤੇ ਉਹ ਉੱਥੇ ਨਹੀਂ ਗਏ, ਇਹ ਵੀ ਆਪਾਂ ਨੂੰ ਪਤਾ ਹੀ ਹੈ ਕਿ ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਬਤੌਰ ਪਾਰਲੀਮੈਂਟ ਦੇ ਮੈਂਬਰ ਟਰੂਡੋ ਸਾਹਿਬ ਨੂੰ ਇੱਕ ਪੱਤਰ ਵੀ ਲਿਖਿਆ ਸੀ ਕਿ ਜੀ ਤੁਸੀਂ ਜਾਣ ਬੁੱਝ ਕੇ ਮੈਨੂੰ ਨਜ਼ਰ ਅੰਦਾਜ਼ ਕੀਤਾ, ਤੁਹਾਡੀ ਸਰਕਾਰ ਨੇ ਨਜ਼ਰ ਅੰਦਾਜ਼ ਕੀਤਾ, ਇਹ ਗੱਲ ਚੰਗੀ ਹੈ। ਤੇ ਫਿਰ ਸਾਡੇ ਪੰਜਾਬੀ ਮੂਲ ਦੇ ਸਿੱਖ ਮੂਲ ਦੇ ਸਰਦਾਰ ਹਰਜੀਤ ਸਿੰਘ ਸੱਜਣ ਜਿਹੜੇ ਉੱਥੋਂ ਦੇ ਡਿਫੈਂਸ ਮੰਤਰੀ ਹੈ ਕੈਨੇਡਾ ਦੇ, ਉਹ ਜਦੋਂ ਪੰਜਾਬ ਚ ਆਏ ਹੈ ਤੇ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਮਿਲਣ ਤੋਂ ਨਾ ਕਰਤੀ ਸੀ, ਓਪਨਲੀ ਇਹ ਬਿਆਨ ਦਿੱਤਾ ਸੀ ਕਿ ਕਿਉਂਕਿ ਉਹਨਾਂ ਦੇ ਸੰਬੰਧ ਜਿਹੜੇ ਹੈਗੇ ਆ ਉਹ ਖਾੜਕੂ ਤੱਤਾਂ ਨਾਲ ਹੈ, ਅਸੀਂ ਉਹਨਾਂ ਨੂੰ ਨਹੀਂ ਮਿਲਣਾ। ਇਸ ਗੱਲ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੀ ਦੇਸ਼ ਵਿਦੇਸ਼ ਦੇ ਵਿੱਚ ਬਹੁਤ ਜ਼ਿਆਦਾ ਨੁਕਤਾਚੀਨੀ ਹੋਈ, ਨੁਕਤਾਚੀਨੀ ਹੋਣੀ ਚਾਹੀਦੀ ਸੀ ਕਿਉਂਕਿ ਭਾਰਤੀ ਮੂਲ ਦਾ ਅਗਰ ਕੋਈ ਪ੍ਰਤੀਨਿਧ ਕੈਨੇਡਾ ਦੇ ਵਿੱਚ ਬਹੁਤ ਉੱਚੇ ਮੁਕਾਮ ਤੇ ਹੈ ਤਾਂ ਉਹਦੀ ਕਾਫੀ ਹੈਸੀਅਤ ਹੈ, ਉਹਦੀ ਇੱਕ ਪੋਲੀਟੀਕਲ ਸ਼ਖਸੀਅਤ ਹੈ, ਉਹਦਾ ਮਾਨ ਸਨਮਾਨ ਜਿਹੜਾ ਹੈਗਾ ਡਿਪਲੋਮੈਟਿਕ ਪੱਧਰ ਤੇ ਹੋਣਾ ਚਾਹੀਦਾ ਸੀ ਲੇਕਿਨ ਨਹੀਂ ਕੀਤਾ, ਇਹਦਾ ਖਮਿਆਜਾ ਕੈਪਟਨ ਅਮਰਿੰਦਰ ਸਿੰਘ ਨੂੰ ਭੁਗਤਣਾ ਪਿਆ। ਹੁਣ ਜਦੋਂ ਜਸਟਿਨ ਟਰੂਡੋ ਸਾਹਿਬ ਦਾ ਪ੍ਰੋਗਰਾਮ ਬਣ ਗਿਆ ਤਾਂ ਅਚਨਚੇਤ ਮਤਲਬ ਹੈ ਫਿਰ ਪਰਿਸਥਿਤੀਆਂ ਬਦਲਣ ਲੱਗੀਆਂ। ਟਰੂਡੋ ਸਾਹਿਬ ਦੇ ਆਉਣ ਤੋਂ ਪਹਿਲਾਂ ਹੀ ਇਹ ਕਲੈਰੀਫਿਕੇਸ਼ਨ ਆ ਗਈ ਸੀ ਕੈਨੇਡਾ ਦੇ ਜਿਹੜੇ ਸਾਡੇ ਸਿੱਖ ਵਜ਼ੀਰ ਹੈ ਉਹਨਾਂ ਵੱਲੋਂ, ਦੋ ਬੰਦਿਆਂ ਵੱਲੋਂ, ਖਾਸ ਕਰਕੇ ਇੱਕ ਹਰਜੀਤ ਸਿੰਘ ਸੱਜਣ ਤੇ ਦੂਸਰੇ ਅਮਰਜੀਤ ਸਿੰਘ ਸੋਹੀ, ਕਿ ਸਾਡਾ ਹਾਂ ਸਾਡਾ ਕਿਸੇ ਵੀ ਕਿਸਮ ਦੀ ਵੱਖਵਾਦੀ ਆਰਗੇਨਾਈਜੇਸ਼ਨ ਨਾਲ ਕੋਈ ਸੰਬੰਧ ਨਹੀਂ, ਸਾਡਾ ਭਾਰਤ ਦੀ ਏਕਤਾ ਤੇ ਅਖੰਡਤਾ ਦੇ ਵਿੱਚ ਵਿਸ਼ਵਾਸ ਹੈ, ਅਸੀਂ ਇਸ ਗੱਲ ਦੇ ਹੱਕ ਵਿੱਚ ਨਹੀਂ। ਤਾਂ ਉਹਦੇ ਨਾਲ ਕੁਛ ਹਾਲਾਤ ਚੇਂਜ ਹੋਏ, ਕੈਪਟਨ ਅਮਰਿੰਦਰ ਸਿੰਘ ਨੇ ਕਰਤਾ ਤੁਹਾਡਾ ਟਵੀਟ ਕਰਤਾ ਕਿ ਮੈਂ ਟਰੂਡੋ ਸਾਹਿਬ ਨੂੰ ਮਿਲਣਾ ਚਾਹੁੰਦਾ। ਬੜੀ ਹਿਚਕਚਾਹਟ ਤੋਂ ਬਾਅਦ ਬੜਾ ਲੋਬੀ ਦੋਨੇ ਪਾਸੇ ਤੋਂ ਹੁੰਦੀਆਂ ਰਹੀਆਂ, ਮਿਲਣਾ ਨਹੀਂ ਮਿਲਣਾ, ਮਿਲਣਾ ਨਹੀਂ ਮਿਲਣਾ, ਲੇਕਿਨ ਕੱਲ ਉਹਨਾਂ ਦੀ ਮੇਲ ਮੁਲਾਕਾਤ ਉੱਥੇ ਹੋ ਗਈ। 40 ਮਿੰਟਾਂ ਦੀ ਮੁਲਾਕਾਤ ਦੇ ਵਿੱਚ ਚਲੋ ਗਿਲੇ ਸ਼ਿਕਵੇ ਵੀ ਉਹਨਾਂ ਨੇ ਆਪਦੇ ਜ਼ਾਹਰ ਕੀਤੇ ਹੋਣਗੇ, ਲੇਕਿਨ ਤਸੱਲੀ ਬਖਸ਼ ਗੱਲ ਇਹ ਹੈ ਕਿ ਪੰਜਾਬ ਦੀ ਖੇਤੀ ਤੇ ਵਪਾਰ ਇਹਨਾਂ ਦੋ ਮੁੱਦਿਆਂ ਨੂੰ ਲੈ ਕੇ ਗੱਲਬਾਤ ਹੋਈ ਹੈ। ਟਰੂਡੋ ਸਾਹਿਬ ਨੇ ਸਾਹ ਪਿਆ ਕਿ ਹਾਂ ਕੋਈ ਗੱਲ ਨੀ, ਇਹਨਾਂ ਨੂੰ ਹਮਦਰਦੀ ਨਾਲ ਵਿਚਾਰਾਂਗੇ ਔਰ ਉਮੀਦ ਹੈ ਵਿਚਾਰਨਗੇ, ਇਸ ਵਾਸਤੇ ਇਹ ਥੋੜਾ ਜਿਹਾ ਚੰਗਾ ਪੱਖ ਹੋਇਆ। ਹੁਣ ਅਗਲੀ ਗੱਲ ਇਹ ਕਿ ਉਹਨਾਂ ਦਾ ਵਿਰੋਧ ਹੋਇਆ ਕਿਉਂ, ਕੈਪਟਨ ਅਮਰਿੰਦਰ ਸਿੰਘ ਨੇ ਕਿਉਂ ਕੀਤਾ ਜਾਂ ਜਿਹੜੀ ਹੁਣ ਭਾਰਤੀ ਜਨਤਾ ਪਾਰਟੀ ਇਹ ਕਿਉਂ ਕਰ ਰਹੀ ਹੈ, ਇੱਥੇ ਥੋੜਾ ਜਿਹਾ ਆਪਾਂ ਨੂੰ ਸੁਖਨੈਬ ਜੀ ਜਿਹੜੇ ਨਾ ਦੇਸ਼ਾਂ ਦਾ ਸੁਭਾਅ ਤੇ ਕਰੈਕਟਰ ਦੇਖਣਾ ਪੈਣਾ। ਜੇ ਹੁਣ ਆਪਾਂ ਦੇਖੀਏ ਤਾਂ ਇਸ ਵੇਲੇ ਦੁਨੀਆਂ ਦੇ ਵਿੱਚ ਚਰਚਿਤ ਮੁਲਕ ਜਿਹੜੇ ਹੈਗੇ ਆ ਉਹ ਦੋ ਤਿੰਨ ਹੈ, ਚਾਈਨਾ ਚਾਈਨਾ ਜਿਹੜਾ ਹੈਗਾ ਉਹ ਇੱਕ ਕਮਿਊਨਿਸਟ ਫਿਲਮ ਤੇ ਚੱਲਣ ਵਾਲਾ ਦੇਸ਼ ਹੈ, ਬਾਕੀ ਦੁਨੀਆਂ ਨਾਲ ਕੱਟਿਆ ਹੋਇਆ, ਉੱਥੇ ਉਸ ਤਰ੍ਹਾਂ ਦੀ ਆਵਾਗਮਨ ਨਹੀਂ ਜਿਵੇਂ ਅਸੀਂ ਕੈਨੇਡਾ ਅਮਰੀਕਾ ਇੰਗਲੈਂਡ ਦੇ ਵਿੱਚ ਜਾਂਦੇ ਰਹਿੰਦੇ ਹਾਂ। ਦੂਸਰਾ ਆ ਗਿਆ ਸਾਡੇ ਵਰਗੇ ਦੇਸ਼ ਹੈਗੇ ਜਿਹੜੇ ਡਿਵੈਲਪਿੰਗ ਕੰਟਰੀ ਹੈ ਭਾਰਤ ਵਰਗੇ, ਤੇ ਤੀਸਰਾ ਜਿਹੜੇ ਵਿਕਸਿਤ ਦੇਸ਼ ਹੈਗੇ ਜਿਵੇਂ ਅਮਰੀਕਾ ਕੈਨੇਡਾ ਉਹ ਆ ਗਏ। ਹੁਣ ਜੇ ਅਸੀਂ ਅਮਰੀਕਾ ਦਾ ਸੁਭਾਅ ਦੇਖੀਏ, ਅਮਰੀਕਾ ਦਾ ਸੁਭਾਅ ਕੁਛ ਇਹੋ ਜਿਹਾ ਹੈ ਕਿ ਉਹ ਦਾਬੇ ਵਾਲੀ ਰਾਜਨੀਤੀ ਚਲਾਉਂਦੇ ਹੈ, ਉਹ ਹੀ ਕੁਛ ਕਰਦੇ ਆ ਜਿਹੜਾ ਉਹਨਾਂ ਦੇ ਹਿੱਤ ਵਿੱਚ ਹੁੰਦਾ। ਅਗਰ ਦੁਨੀਆਂ ਦੀ ਕੋਈ ਧਿਰ ਉਹਨਾਂ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਤਾਂ ਫਿਰ ਉਹ ਉਹਨੂੰ ਦਬਕਾ ਵੀ ਮਾਰਦੇ ਆ ਔਰ ਮਿਲਟਰੀ ਐਕਸ਼ਨ ਹੈ ਜਿਹੜਾ ਉਹ ਵੀ ਉਹਨਾਂ ਦੇ ਉੱਤੇ ਹੁੰਦਾ ਹੈ। ਜਿਵੇਂ ਆਪਾਂ ਦੇਖਿਆ ਇਰਾਨ ਸਾਡੇ ਸਾਹਮਣੇ ਹੈ, ਇਰਾਕ ਦਾ ਮਾਮਲਾ ਸਾਡੇ ਸਾਹਮਣੇ ਹੈ, ਫਲਸਤੀਨ ਦਾ ਮਾਮਲਾ ਸਾਡੇ ਸਾਹਮਣੇ ਹੈ ਔਰ ਸੀਰੀਆ ਦਾ ਮਾਮਲਾ ਸਾਡੇ ਸਾਹਮਣੇ, ਇਹਨਾਂ ਥਾਵਾਂ ਦੇ ਉੱਤੇ ਮਤਲਬ ਜਿਹੜੀ ਹੈ ਧੌਂਸ ਵਾਲੀ ਰਾਜਨੀਤੀ ਅਮਰੀਕਾ ਕਰਦਾ ਹੈ। ਸਾਡਾ ਜਿਹੜਾ ਇੰਡੀਆ ਹੈਗਾ, ਜੇ ਇੰਡੀਆ ਨੂੰ ਅਸੀਂ ਦੇਖੀਏ ਤਾਂ ਇੰਡੀਆ ਦੀ ਸਥਿਤੀ ਹੋਰ ਹੈ। ਇੰਡੀਆ ਭਾਵੇਂ ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਲਿਖਿਆ ਕਿ ਇੰਡੀਆ ਇੱਕ ਸੈਕੂਲਰ ਮੁਲਕ ਹੈ, ਇੰਡੀਆ ਇੱਕ ਸਮਾਜਵਾਦੀ ਮੁਲਕ ਹੈ, ਲੇਕਿਨ ਜੇ ਅਮਲੀ ਤੌਰ ਤੇ ਦੇਖੀਏ ਤਾਂ ਅੱਜ ਵੀ ਘੜੀ ਅਸੀਂ ਇੰਡੀਆ ਨੂੰ ਉਸ ਤਰ੍ਹਾਂ ਸੈਕੂਲਰਿਜ਼ਮ ਵਾਲੇ ਨਿਗਾਹ ਤੋਂ ਨਹੀਂ ਦੇਖ ਸਕਦੇ, ਕਿਉਂਕਿ ਇੰਡੀਆ ਦੇ ਵਿੱਚ ਹੁਣ ਤੁਸੀਂ ਦੇਖੋ ਕਿਸ ਕਿਸਮ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਇਹ ਆਵਾਜ਼ਾਂ ਵੀ ਸ਼ੁਰੂ ਆਉਣੀਆਂ ਸ਼ੁਰੂ ਹੋ ਗਈਆਂ ਕਿ ਜਿਨ੍ਹਾਂ ਨੇ ਬੰਦੇ ਮਾਤਰਮ ਨਹੀਂ ਕਹਿਣਾ ਉਹਨਾਂ ਨੇ ਭਾਰਤ ਕਹਿਣਾ, ਉਹ ਪਾਕਿਸਤਾਨ ਕਿਤੇ ਵੀ ਜਾਣ। ਔਰ ਇੱਕ ਤੋਂ ਬਹੁਤ ਭਾਰੀ ਆਰ ਐਸ ਐਸ ਵਾਲੇ ਮੋਹਨ ਭਾਗਵਤ ਸਾਹਿਬ ਜਿਹੜੇ ਇਹਨਾਂ ਦੇ ਚੀਫ ਹੈ ਉਹ ਕਹਿ ਚੁੱਕੇ ਹੈ ਕਿ ਭਾਰਤ ਦਾ ਮਤਲਬ ਹੈ ਹਿੰਦੂ ਰਾਸ਼ਟਰ, ਉਹ ਹਿੰਦੂ ਰਾਸ਼ਟਰ ਬਣਾਉਣ ਵਾਲੇ ਪਾਸੇ ਤੁਰੇ ਵੀ ਹੈ। ਘੱਟ ਗਿਣਤੀਆਂ ਨੂੰ ਸਨੱਬ ਕੀਤਾ ਜਾਂਦਾ ਹੈ, ਘੱਟ ਗਿਣਤੀਆਂ ਨੇ ਖਾਣਾ ਕੀ ਹੈ, ਪੀਣਾ ਕੀ ਹੈ, ਪਹਿਨਣਾ ਕੀ ਹੈ, ਇਹ ਫੈਸਲਾ ਉਹ ਆਪ ਨਹੀਂ ਕਰ ਸਕਦੇ, ਇਹ ਫੈਸਲਾ ਕਹਿੰਦੇ ਜਿਹੜੀ ਬਹੁ ਗਿਣਤੀ ਹੈ ਉਹਦੇ ਮੁਤਾਬਕ ਹੋਣਾ। ਔਰ 2002 ਦੇ ਵਿੱਚ ਜਦੋਂ ਗੁਜਰਾਤ ਦਾ ਮੁਸਲਿਮ ਕਤਲੇਆਮ ਹੋਇਆ, ਉਸ ਮੁਸਲਿਮ ਕਤਲੇਆਮ ਤੋਂ ਬਾਅਦ ਇੱਕ ਮੈਸੇਜ ਇਹ ਦਿੱਤਾ ਗਿਆ ਸੀ ਭਾਰਤੀ ਜਨਤਾ ਪਾਰਟੀ ਤੇ ਆਰ ਐਸ ਐਸ ਵੱਲੋਂ
ਕਿ ਜੇ ਘੱਟ ਗਿਣਤੀਆਂ ਨੇ ਭਾਰਤ ਦੇ ਵਿੱਚ ਰਹਿਣਾ ਤਾਂ ਉਹਨਾਂ ਨੂੰ ਬਹੁ ਗਿਣਤੀ ਦਾ ਦਾਬਾ ਮਿਲਣਾ ਪੈਣਾ ਹੈ, ਬਹੁ ਗਿਣਤੀ ਦੀ ਜਿਹੜੀ ਹੈਗੀ ਆ ਅਰਜ਼ਾ ਦੇ ਵਿੱਚ ਉਹਨਾਂ ਨੂੰ ਰਹਿਣਾ ਪੈਣਾ ਕਿ ਇਸ ਕਿਸਮ ਦੇ ਹਾਲਾਤ ਬਣ ਗਏ। ਇਹ ਸਾਡੇ ਭਾਰਤ ਦੀ ਹਾਲਤ ਹੈ। ਸਾਡਾ ਜੇ ਅਸੀਂ ਬਾਹਰ ਗੱਲ ਕਰਦੇ ਹਾਂ, ਅਸੀਂ ਸੈਕੂਲਰਿਜ਼ਮ ਦੀ ਗੱਲ ਕਰਦੇ ਹਾਂ, ਅਸੀਂ ਰੇਸਿਜ਼ਮ ਦੀ ਗੱਲ ਕਰਦੇ ਹਾਂ, ਅਸੀਂ ਕਹਿੰਦੇ ਕਿ ਨਸਲੀ ਵਿਤਕਰਾ ਨਹੀਂ ਹੋਣਾ ਚਾਹੀਦਾ, ਸਾਰੇ ਮਨੁੱਖ ਇੱਕੋ ਜਿਹੇ ਹੈ। ਬਾਹਰ ਸਾਡਾ ਨਜ਼ਰੀਆ ਇਹ ਹੈ, ਲੇਕਿਨ ਜਦੋਂ ਅਸੀਂ ਇੰਡੀਆ ਦੇ ਵਿੱਚ ਗੱਲ ਕਰਕੇ ਗੱਲ ਕਰਦੇ ਹਾਂ ਤੇ ਉਸ ਵੇਲੇ ਸਾਡਾ ਘੱਟ ਗਿਣਤੀਆਂ ਪ੍ਰਤੀ ਨਜ਼ਰੀਆ ਹੋਰ ਹੈ। ਇਹ ਇਸ ਵੇਲੇ ਦੀ ਭਾਰਤ ਦੀ ਹਾਲਤ ਹੈ। ਇਹਦੇ ਵਿੱਚ ਜੇ ਆਪਾਂ ਕੈਨੇਡਾ ਨੂੰ ਲਈਏ ਤੇ ਕੈਨੇਡਾ ਬੜਾ ਖੁੱਲੇ ਵਿਚਾਰਾਂ ਵਾਲਾ ਦੇਸ਼ ਹੈ। ਤੁਸੀਂ ਦੇਖੋ ਕੈਨੇਡਾ ਦੇ ਵਿੱਚ ਅੱਜ ਤੋਂ ਕੁਛ ਦਹਾਕੇ ਪਹਿਲਾਂ ਕੁਝ ਸਟੇਟਾਂ ਨੇ ਵੱਖਰੇ ਹੋਣ ਦੀ ਮੁਹਿੰਮ ਵੀ ਚਲਾਈ ਸੀ ਔਰ ਉਹ ਮੁਹਿੰਮ ਚੱਲਦੀ। ਉਸ ਮੁਹਿੰਮ ਨੂੰ ਉਵੇਂ ਜਿਵੇਂ ਕੁਚਲਿਆ ਨਹੀਂ ਗਿਆ ਜਿਵੇਂ ਭਾਰਤ ਦੇ ਵਿੱਚ ਮੁਹਿੰਮਾਂ ਨੂੰ ਕੁਚਲਿਆ ਜਾਂਦਾ ਹੈ। ਉੱਥੇ ਰਾਜਨੀਤਿਕ ਤੌਰ ਦੇ ਉੱਤੇ ਇੱਕ ਦੂਜੇ ਨੇ ਉਹਨਾਂ ਦੇ ਨਾਲ ਆਪਣਾ ਤਰਕ ਵਿਤਰਕ ਕੀਤਾ, ਦਲੀਲਬਾਜ਼ੀ ਕੀਤੀ ਹੈ, ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਲੋਕਾਂ ਨੂੰ ਜਿਹੜੀ ਗੱਲ ਚੰਗੀ ਲੱਗੀ ਲੋਕ ਉਹਦੇ ਮੁਤਾਬਕ ਖੜੇ ਹੈ। ਵਿਚਾਰਾਂ ਦੇ ਪ੍ਰਗਟਾਵੇ ਦੀ ਜਿਹੜੀ ਹੈਗੀ ਹੈ ਖੁੱਲ ਹੈ ਬਹੁਤ ਜ਼ਿਆਦਾ, ਉੱਥੇ ਹਰ ਇੱਕ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਹੈ। ਅੱਜ ਤੱਕ ਜੇ ਅਸੀਂ ਭਾਰਤ ਦੇ ਸੰਦਰਭ ਵਿੱਚ ਦੇਖੀਏ, ਠੀਕ ਹੈ ਅਮਲੀ ਤੌਰ ਤੇ ਇਹ ਨਹੀਂ, ਲੇਕਿਨ ਸਾਡੀਆਂ ਕੋਰਟਾਂ, ਸਾਡੀ ਸੁਪਰੀਮ ਕੋਰਟ, ਸਾਡੀਆਂ ਹਾਈ ਕੋਰਟਾਂ ਵੀ ਇਹ ਕਹਿ ਚੁੱਕੀਆਂ ਹੈ ਕਿ ਕਿਸੇ ਵੀ ਬੰਦੇ ਨੇ ਜੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨਾ ਉਹ ਕਰ ਸਕਦਾ ਹੈ। ਉਹ ਡਿਮਾਂਡ ਦੇ ਲਈ ਹਿੰਸਾ ਦੀ ਵਰਤੋਂ ਨਹੀਂ ਕਰ ਸਕਦਾ, ਉਹ ਰਾਜਨੀਤਿਕ ਕੰਪੇਨ ਚਲਾ ਸਕਦਾ ਪੂਰਨ ਰਹਿ ਕੇ ਇਹ ਸਾਡੇ ਵੀ ਹੈ, ਲੇਕਿਨ ਇਹ ਕਾਗਜ਼ਾਂ ਚ ਲਿਖਿਆ ਹੋਇਆ, ਕਿਤਾਬਾਂ ਚ ਲਿਖਿਆ ਹੋਇਆ, ਅਮਲੀ ਰੂਪ ਦੇ ਵਿੱਚ ਨਹੀਂ ਹੈ। ਕੈਨੇਡਾ ਦੇ ਵਿੱਚ ਇਹ ਸੱਚਮੁੱਚ ਅਮਲੀ ਰੂਪ ਦੇ ਵਿੱਚ ਹੈ। ਕੈਨੇਡਾ ਦੇ ਵਿੱਚ ਹਰ ਬੰਦੇ ਨੂੰ, ਚਾਹੇ ਉਹ ਹਿੰਦੂ ਹੈ, ਚਾਹੇ ਉਹ ਸਿੱਖ ਹੈ, ਚਾਹੇ ਉਹ ਮੁਸਲਮਾਨ ਹੈ, ਚਾਹੇ ਉਹ ਈਸਾਈ ਹੈ, ਉਹਨਾਂ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਔਰ ਉਹਨਾਂ ਦੀ ਗੱਲ ਨੂੰ ਉੱਥੋਂ ਦੇ ਲੋਕ ਸੁਣਦੇ ਹੈ, ਇਹ ਉਹਨਾਂ ਦਾ ਇੱਕ ਸੁਭਾਅ ਹੈ। ਪਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਸਾਡੇ ਵਾਲੇ ਜਿਹੜੇ ਇੱਧਰ ਦੇ ਲੋਕ ਹੈ ਉਹ ਹਰ ਚੀਜ਼ ਨੂੰ ਹੀ ਵੱਖਵਾਦੀ ਨਜ਼ਰੀਏ ਤੋਂ ਦੇਖਣਾ ਚਾਹੁੰਦੇ ਹੈ, ਦੇਖ ਰਹੇ ਹੈ। ਤੁਸੀਂ ਸੁਣਿਆ ਹੋਣਾ ਭਾਰਤ ਦੇ ਵਿੱਚ ਇੱਕ ਬਹੁਤ ਵੱਡਾ ਨਾਂ ਹੈ ਪੱਤਰਕਾਰਤਾ ਦੇ ਖੇਤਰ ਦੇ ਵਿੱਚ, ਸ਼ੇਖਰ ਗੁਪਤਾ। ਇਸੇ ਜ਼ਮਾਨੇ ਚ ਉਹ ਇੰਡੀਅਨ ਐਕਸਪ੍ਰੈਸ ਦਾ ਐਡੀਟਰ ਇਨ ਚੀਫ ਹੁੰਦਾ ਸੀ, ਹੁਣ ਉਹ ਨਿਊ ਇੰਡੀਅਨ ਐਕਸਪ੍ਰੈਸ ਦਾ ਉਹਦਾ ਮੁਖੀ ਹੈ। ਉਹਦਾ ਇੱਕ ਆਰਟੀਕਲ ਮੈਂ ਵੀ ਪੜਿਆ ਸੀ ਪਿਛਲੇ ਦਿਨਾਂ ਦੇ ਵਿੱਚ, ਤੇ ਉਸ ਆਰਟੀਕਲ ਦੇ ਵਿੱਚ ਉਹਨਾਂ ਨੇ ਟਾਰਗੇਟ ਕੀਤਾ ਆਪਣੇ ਜਿਹੜੇ ਕੈਨੇਡਾ ਦੀ ਫੈਡਰਲ ਦੇ ਵਜ਼ੀਰ ਹੈ ਮਿਸਟਰ ਅਮਰਜੀਤ ਸਿੰਘ ਸੋਹੀ, ਸੋਹੀ ਸਾਹਿਬ ਨੂੰ ਉਹਨਾਂ ਨੇ ਕਿਹਾ ਕਿ ਸੋਹੀ ਸਾਹਿਬ ਵੀ ਇੱਕ ਮਤਲਬ ਜਿਹੜੇ ਹੈਗੇ ਮਿਲੀਟੈਂਟ ਖਾੜਕੂ ਸੀ। ਪ੍ਰਭਾਵ ਇਹ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਸੋਹੀ ਹੈ ਜਿਹੜੇ ਉਹ ਖਾਲਿਸਤਾਨ ਦੇ ਹਾਮੀ ਹੈ, ਕੱਟੜ ਸਿੱਖ ਹੈਗੇ, ਇਸ ਕਿਸਮ ਦੇ ਪ੍ਰਭਾਵ ਦੇਣ ਦਾ ਯਤਨ ਕੀਤਾ ਗਿਆ। ਲੇਕਿਨ ਜਿਹਨਾਂ ਲੋਕਾਂ ਨੂੰ ਇਹ ਨੀ ਪਤਾ ਕਿ ਸੋਹੀ ਸਾਹਿਬ ਚੱਲੇ ਕਿੱਥੋਂ, ਸੋਹੀ ਸਾਹਿਬ ਦਾ ਓਰਿਜਨ ਕਿਵੇਂ ਹੋਇਆ, ਉਹ ਤਾਂ ਇਤਿਹਾਸ ਦੇ ਨਾਲ ਵੀ ਖਿਲਵਾੜ ਕਰਦੇ ਤੇ ਆਪਣੀ ਜਿਹੜੀ ਪੱਤਰਕਾਰਤਾ ਹੈ ਉਸ ਪੱਤਰਕਾਰਤਾ ਨੂੰ ਕਲੰਕਿਤ ਕਰਦੇ। ਹੁਣ ਜਿਹੜੇ ਸੋਹੀ ਸਾਹਿਬ ਹੈ, ਸੋਹੀ ਸਾਹਿਬ ਸਾਡੇ ਪੰਜਾਬ ਦੇ ਵਸਨੀਕ ਹੈ, ਤੇ ਜੇ ਆਪਾਂ ਦੇਖੀਏ ਇਹ ਜਦੋਂ ਪਹਿਲਾਂ 80ਵੀਂਆਂ ਦੇ ਵਿੱਚ ਗਏ ਸੀ ਤੁਹਾਡੇ ਕੈਨੇਡਾ ਗਏ ਸੀ, ਕੈਨੇਡਾ ਜਾ ਕੇ ਉੱਥੇ ਆਪਣਾ ਕੰਮ ਧੰਦਾ ਵੀ ਕਰਦੇ ਨੇ, ਉਹਦੇ ਨਾਲ ਨਾਲ ਉਹ ਜਿਹੜਾ ਹੈਗਾ ਤੁਹਾਡਾ ਰੰਗ ਮੰਚ ਨਾਲ ਵੀ ਜੁੜੇ ਸੀ, ਰੰਗ ਮੰਚ ਨਾਲ ਜੁੜ ਕੇ ਉਹ ਆਪਣਾ ਜਿਹੜਾ ਹੈਗਾ ਕਲਾ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਆਪਣੀ ਵਿਚਾਰਧਾਰਾ ਤੋਂ ਜਾਂ ਜਿਹੜਾ ਉਹਨਾਂ ਦਾ ਸੰਦੇਸ਼ ਸੀ ਉਹਦੇ ਰਾਹੀਂ ਪ੍ਰਭਾਵਿਤ ਕਰਦੇ ਰਹੇ। ਪੰਜਾਬ ਦੇ ਜਦੋਂ ਅੱਤ ਮਾੜਾ ਦੌਰ ਸੀ, ਜਿਹਨੂੰ ਅਸੀਂ ਕਹਿ ਸਕਦੇ ਹਾਂ ਖਾੜਕੂਵਾਦ ਦਾ ਦੌਰ ਸੀ, ਉਸ ਖਾੜਕੂਵਾਦ ਦੇ ਦੌਰ ਦੇ ਵਿੱਚ ਇੱਥੇ ਵੀ ਕਈ ਕਿਸਮ ਦੀਆਂ ਲਹਿਰਾਂ ਚੱਲੀਆਂ। ਇੱਥੇ ਉਹ ਲਹਿਰਾਂ ਵੀ ਚੱਲੀਆਂ ਜਿਹੜੀਆਂ ਇੱਕ ਦੂਜੇ ਦੀਆਂ ਦੁਸ਼ਮਣ ਸੀ, ਤੇ ਇੱਥੇ ਇਹੋ ਜਿਹੀਆਂ ਵੀ ਲਹਿਰਾਂ ਚੱਲੀਆਂ ਸੀ ਜਿਹੜੀਆਂ ਲਹਿਰਾਂ ਮਨੁੱਖਤਾ ਦਾ ਪਾਠ ਪੜ੍ਹਾਉਂਦੀਆਂ ਸੀ, ਜਿਹੜੇ ਕਹਿੰਦੇ ਸੀ ਕਿ ਮਨੁੱਖ ਮਨੁੱਖ ਦੇ ਵਿੱਚ ਕੋਈ ਫਰਕ ਨਹੀਂ। ਤਾਂ ਉਸ ਲਹਿਰ ਦੇ ਵਿੱਚ ਜਿਹੜੀ ਆਪਾਂ ਗੱਲ ਕਰੀਏ ਤਾਂ ਇੱਕ ਵੱਡਾ ਬੜਾ ਵੱਡਾ ਨਾਂ ਹੈ ਭਾਜੀ ਗੁਰਚਰਨ ਸਿੰਘ, ਜਿਹਨਾਂ ਨੂੰ ਭਾਈ ਮਹਾਂ ਸਿੰਘ ਵੀ ਕਿਹਾ ਜਾਂਦਾ, ਭਾਈ ਮੰਨਾ ਸਿੰਘ ਨੇ, ਗੁਰਚਰਨ ਸਿੰਘ ਹੋਰੀ ਜਿਹੜੇ ਆਪਣੇ ਜ਼ਮਾਨੇ ਦੇ ਬਹੁਤ ਵੱਡੇ ਮਹਿਕਮਾ ਨਹਿਰ ਦੇ ਅਫਸਰ ਹੁੰਦੇ ਸੀ, ਉੱਥੋਂ ਉਹਨਾਂ ਨੇ ਅਫਸਰੀ ਛੱਡ ਕੇ ਰੰਗਮੰਚ ਨਾਲ ਜੁੜੇ ਤੇ ਰੰਗਮੰਚ ਦੇ ਰਾਹੀਂ ਜ਼ੁਲਮ ਦੇ ਖਿਲਾਫ਼, ਅਤਿਆਚਾਰਾਂ ਦੇ ਖਿਲਾਫ਼, ਮਾਨਵਤਾ ਦੇ ਹੱਕ ਦੇ ਵਿੱਚ, ਆਰਥਿਕ ਬਰਾਬਰੀ ਦੇ ਹੱਕ ਦੇ ਵਿੱਚ ਉਹਨਾਂ ਨੇ ਸੰਦੇਸ਼ ਦਿੱਤਾ। ਪੰਜਾਬ ਦੇ ਵਿੱਚ ਜਦੋਂ ਦੋਵੇਂ ਧਿਰਾਂ ਇੱਕ ਦੂਜੇ ਦੀਆਂ ਦੁਸ਼ਮਣ ਬਣੀਆਂ ਸੀ ਤੇ ਉਦੋਂ ਭਾਈ ਮੰਨਾ ਸਿੰਘ ਨੇ ਬੜੇ ਇੱਥੇ ਸਟੇਜ ਦੇ ਉੱਤੇ ਡਰਾਮੇ ਕੀਤੇ, ਉਹਨਾਂ ਨੇ ਦੋਹਾਂ ਕਿਸਮਾਂ ਦੀ ਦਹਿਸ਼ਤਗਰਦੀ ਨੂੰ ਨਿੰਦਿਆ ਸੀ, ਦੋਨਾਂ ਕਿਸਮਾਂ ਦੀ ਦਹਿਸ਼ਤਗਰਦੀ ਤੋਂ ਲੋਕਾਂ ਨੂੰ ਸੁਚੇਤ ਕੀਤਾ ਸੀ ਕਿ ਜੇ ਸਰਕਾਰੀ ਦਹਿਸ਼ਤਗਰਦੀ ਹੈ ਉਹ ਵੀ ਗਲਤ ਹੈ ਤੇ ਜਿਹੜੀ ਦੂਜੀ ਦਹਿਸ਼ਤਗਰਦੀ ਹੈ ਕਿ ਤੁਸੀਂ ਬੇਗੁਨਾਹਾਂ ਨੂੰ ਫੜ ਮਾਰੀ ਜਾਓ ਇਹ ਵੀ ਗਲਤ ਹੈ। ਤੇ ਇਹੋ ਹੀ ਸੋਹੀ ਸਾਹਿਬ ਉਹਨਾਂ ਦਾ ਜਿਹੜਾ ਸੀਗਾ ਨਾਟਕ ਉਹਦੇ ਨਾਲ ਜੁੜ ਗਏ ਸੀ। ਜੇ ਦੇਖੀ ਤਾਂ ਵਿਚਾਰਧਾਰਕ ਪੱਖ ਤੋਂ ਉਦੋਂ ਉਹ ਖੱਬੇ ਪੱਖੀ ਸੀਗੇ, ਸੋਹੀ ਸਾਹਿਬ ਇੱਥੇ ਪੰਜਾਬ ਚ ਆ ਗਏ, ਇੱਥੋਂ ਡਰਾਮੇ ਕਰਦੇ ਕਰਦੇ ਦੂਜਿਆਂ ਸੂਬਿਆਂ ਚ ਵੀ ਨਿਕਲ ਜਾਂਦੇ ਸੀ, ਬਿਹਾਰ ਚਲੇ ਗਏ। ਬੰਦਾ ਕਰ ਰਿਹਾ ਮਨੁੱਖਤਾ ਦੀ ਗੱਲ, ਬੰਦਾ ਬਰਾਬਰਤਾ ਦੀ ਗੱਲ ਕਰ ਰਿਹਾ, ਲੇਕਿਨ ਬਿਹਾਰ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ, ਗ੍ਰਿਫਤਾਰ ਕਰਕੇ ਉਹਨਾਂ ਨੂੰ ਜੇਲ੍ਹ ਚ ਸੁੱਟਤਾ। ਜੇਲ੍ਹ ਚ ਸੁੱਟ ਕੇ ਇਲਜ਼ਾਮ ਕੀ ਲਾਇਆ, ਇਲਜ਼ਾਮ ਇਹ ਲਾਇਆ ਕਿ ਇਹ ਇੱਕ ਕੱਟੜ ਹੈ, ਇਹ ਇੱਕ ਦਹਿਸ਼ਤਗਰਦ ਹੈ।
ਇਸ ਕਿਸਮ ਦਾ ਜਦੋਂ ਇਲਜ਼ਾਮ ਲਾਇਆ, ਕੇਸ ਚੱਲਿਆ ਉਹਨਾਂ ਦੇ ਉੱਤੇ, ਚਲੋ ਉਹਨਾਂ ਦੇ ਪਰਿਵਾਰ ਨੇ ਕੈਨੇਡਾ ਦੇ ਵਿੱਚੋਂ ਵੀ ਦਬਾਅ ਬਣਵਾਇਆ ਉੱਥੋਂ ਦੇ ਪੋਲੀਟੀਕਲ ਬੰਦਿਆਂ ਤੋਂ ਉਹਨਾਂ ਦੀ ਰਿਹਾਈ ਵਾਸਤੇ ਯਤਨ ਕੀਤੇ। ਲੇਕਿਨ ਸਭ ਤੋਂ ਵੱਡੀ ਗੱਲ ਇਹ ਮੈਂ ਜਿਹੜੀ ਅੱਜ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਸੋਹੀ ਸਾਹਿਬ ਦਾ ਛੁਟਕਾਰਾ ਹੋਣ ਦਾ ਇੱਕ ਵੱਡਾ ਕਾਰਨ ਇੱਕ ਪੰਜਾਬੀ ਤੇ ਸਿੱਖ ਮੂਲ ਦਾ ਆਫਿਸਰ ਸੀ, ਆਈਏਐਸ ਆਫਿਸਰ ਜਿਹੜੇ ਉੱਥੇ ਤੈਨਾਤ ਸੀ ਬਿਹਾਰ ਦੇ ਵਿੱਚ। ਉਸ ਅਫਸਰ ਨੇ ਜਦੋਂ ਉਸ ਕੇਸ ਨੂੰ ਦੇਖਿਆ, ਸਮਝਿਆ ਸਾਰਾ ਕੁਛ, ਦੇਖਿਆ ਕਿ ਇਸ ਬੰਦੇ ਨਾਲ ਜਿਆਦਤੀ ਹੋ ਰਹੀ ਹੈ, ਤਾਂ ਉਹਨਾਂ ਨੇ ਉਹਨਾਂ ਦੀ ਰਿਹਾਈ ਹੈ ਜਿਹੜੀ ਉਹ ਕਰਵਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਤੇ ਸੋਹੀ ਸਾਹਿਬ ਇੱਥੋਂ ਛੱਡ ਕੇ ਕੈਨੇਡਾ ਚਲੇ ਗਏ। ਐਡਮਿੰਟਨ ਦੇ ਵਿੱਚ ਜਾ ਕੇ ਉਹਨਾਂ ਨੇ ਪਹਿਲਾਂ ਸੋਸ਼ਲ ਸਰਵਿਸ ਤੋਂ ਆਪਦਾ ਕੰਮ ਸ਼ੁਰੂ ਕੀਤਾ, ਫਿਰ ਉਹ ਲੋਕਲ ਸੈਲਫ ਗਵਰਨਮੈਂਟ ਹੈ ਇਹਦੇ ਜ਼ਰੀਏ ਉਹਨਾਂ ਨੇ ਪੋਲੀਟਿਕਸ ਦੇ ਵਿੱਚ ਯੋਗਦਾਨ ਪਾਇਆ। ਔਰ ਬਾਅਦ ਦੇ ਵਿੱਚ ਉਹਨਾਂ ਨੂੰ ਜਸਟਿਨ ਟਰੂਡੋ ਸਾਹਿਬ ਨੇ ਆਪ ਅਪਰੋਚ ਕਰਕੇ ਪਾਰਲੀਮੈਂਟ ਦੀ ਟਿਕਟ ਦਿੱਤੀ, ਤੇ ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ ਜਿਹੜੇ ਮੇਰੇ ਸੋਰਸਿਸ ਨੇ ਦੱਸਿਆ ਹੈ ਕਿ ਸੋਹੀ ਸਾਹਿਬ ਨੇ ਟਿਕਟ ਮੰਗੀ ਨਹੀਂ ਸੀ। ਆਮ ਤੌਰ ਤੇ ਕੈਨੇਡਾ ਦੀ ਜਿਹੜੀ ਹੈਗੀ ਹੈ ਰਾਜਨੀਤੀ, ਉਹਦੇ ਵਿੱਚ ਨੋਮੀਨੇਸ਼ਨ ਹੁੰਦੀ ਹੈ ਕਿ ਪਹਿਲਾਂ ਪਾਰਟੀ ਵੱਲੋਂ ਫੈਸਲਾ ਕੀਤਾ ਜਾਊਗਾ ਕਿ ਉਹਨਾਂ ਦਾ ਬੰਦਾ ਕੌਣ ਚੋਣ ਲੜੂਗਾ, ਉਹਨਾਂ ਦੀਆਂ ਵੋਟਾਂ ਪੈਣਗੀਆਂ, ਜਿਹਨੂੰ ਵੱਧ ਵੋਟਾਂ ਮਿਲ ਗਈਆਂ ਉਹ ਕੈਂਡੀਡੇਟ ਨੂੰ ਤੇ ਫਿਰ ਉਹ ਲੋਕਾਂ ਦੇ ਸਾਹਮਣੇ ਉਤਾਰਿਆ ਜਾਊਗਾ। ਲੇਕਿਨ ਸੋਹੀ ਸਾਹਿਬ ਇੱਕ ਅਜਿਹੇ ਕੈਂਡੀਡੇਟ ਸੀ ਜਿਹਨਾਂ ਦੀ ਨੋਮੀਨੇਸ਼ਨ ਨਹੀਂ ਸੀ ਹੋਈ, ਆਪਣੇ ਆਪ ਹੀ ਪਾਰਟੀ ਨੇ ਕਿਹਾ ਸੀ ਕਿ ਅਸੀਂ ਤੁਹਾਨੂੰ ਬੁਲਾਉਣਾ। ਸੋ ਇਸ ਕਿਸਮ ਦੇ ਲੋਕਾਂ ਨੂੰ ਜੀ ਜੇ ਅਸੀਂ ਦਹਿਸ਼ਤਗਰਦ ਬਣਾ ਕੇ ਪੇਸ਼ ਕਰਾਂਗੇ ਤੇ ਕੈਨੇਡਾ ਦੇ ਵਿੱਚ ਤਾਂ ਫਿਰ ਉਹਨਾਂ ਦੀ ਪ੍ਰਸਥਿਤੀ ਜਿਹੜੀ ਇਹਦੇ ਨਾਲ ਵੱਖਰੀ ਹੈ। ਇਹੀ ਕਾਰਨ ਹੈ ਕਿ ਤੁਸੀਂ ਦੇਖਿਆ ਹੋਣਾ ਕਿ ਕੈਨੇਡਾ ਦੇ ਵਿੱਚ ਜਿਹੜੇ ਲੋਕ ਜਦੋਂ ਗੱਲ ਕਰਦੇ ਹੈ ਉਹ ਗੱਲ ਕਰਦੇ ਆ ਮਨੁੱਖੀ ਅਧਿਕਾਰਾਂ ਦੀ, ਤੇ ਸਾਡੀ ਜਿਹੜੀ ਇੱਧਰਲੀ ਸਾਡੀ ਜਿਹੜੀ ਹੈਗੀ ਹੈ ਜਿਹੜੀ ਫਿਰਕੂ ਮਾਨਸਿਕਤਾ, ਉਹ ਮਨੁੱਖੀ ਅਧਿਕਾਰਾਂ ਨੂੰ ਵੀ ਇਸ ਤਰ੍ਹਾਂ ਲੈ ਲੈਂਦੇ ਜਿਵੇਂ ਦਹਿਸ਼ਤਗਰਦਾਂ ਦੀ ਗੱਲ ਕਰਦੇ ਹੁੰਦੇ ਆ। ਦੁਨੀਆਂ ਦੇ ਵਿੱਚ ਸਾਰੀ ਦੁਨੀਆਂ 'ਚ ਇਹ ਗੱਲ ਹੁਣ ਸਪਸ਼ਟ ਹੋ ਚੁੱਕੀ ਹੈ ਕਿ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ 1984 ਦੇ ਵਿੱਚ ਜੋ ਸਿੱਖ ਕਤਲੇਆਮ ਹੋਇਆ ਸੀ ਦਿੱਲੀ ਤੇ ਦੇਸ਼ ਦੇ ਵੱਖ ਵੱਖ ਭਾਗਾਂ ਦੇ ਵਿੱਚ, ਉਹ ਇੱਕ ਤਰਫਾ ਸਿੱਖ ਕਤਲੇਆਮ ਸੀ, ਉਹ ਦੰਗੇ ਨਹੀਂ ਸਨ। ਔਰ ਦੰਗੇ ਜਿਹੜੇ ਹੈਗੇ ਜਥੇਬੰਦਕ ਰੂਪ ਦੇ ਵਿੱਚ ਆਯੋਜਿਤ ਕੀਤੇ ਗਏ ਸੀ, ਉਹਦੇ ਨਾਲ ਇੱਕ ਕਿਸਮ ਦੀ ਨਸਲਕੁਸ਼ੀ ਹੋਈ ਹੈ। ਤੇ ਤੁਸੀਂ ਦੇਖਿਆ ਹੋਣਾ ਕਿ ਅੰਟਾਰੀਓ ਦੀ ਜਿਹੜੀ ਪਾਰਲੀਮੈਂਟ ਹੈ, ਉਹ ਪਾਰਲੀਮੈਂਟ ਦੇ ਵਿੱਚ ਇੱਕ ਬੀਬੀ ਨੇ ਉੱਥੇ ਰੈਜੂਲੇਸ਼ਨ ਪੇਸ਼ ਕੀਤੀ ਕਿ ਅਸੀਂ ਨਿਖੇਧੀ ਕਰਦੇ ਹਾਂ ਜਿਹੜਾ ਇਹ ਸਿੱਖ ਕਤਲੇਆਮ ਹੋਇਆ, ਜਿਹੜੀ ਸਿੱਖ ਨਸਲਕੁਸ਼ੀ ਹੋਈ ਹੈ। ਰੈਜੂਲੇਸ਼ਨ ਉਹ ਪਾਸ ਹੋ ਗਿਆ। ਉਸ ਰੈਜੂਲੇਸ਼ਨ ਦੇ ਪੇਸ਼ ਹੋਣ ਦਾ ਜਾਂ ਪਾਸ ਹੋਣ ਦਾ ਮਤਲਬ ਇਹ ਨਹੀਂ ਕਿ ਜਿਹੜੇ ਸਾਡੇ ਭਾਈਚਾਰੇ ਦੇ ਲੋਕ ਉਧਰ ਬੈਠੇ ਉਹ ਖਾਲਿਸਤਾਨ ਮੰਗਦੇ ਆ, ਉਹਨਾਂ ਦਾ ਖਾਲਿਸਤਾਨ ਨਾਲ ਕੋਈ ਤਲਕ ਨਹੀਂ। ਉਹ ਤਾਂ ਕਹਿੰਦੇ ਖਾਲਿਸਤਾਨ ਮੰਗਣ ਵਾਲੇ ਹੈਗੇ, ਉਹਨਾਂ ਦੀ ਗਿਣਤੀ ਬਹੁਤ ਥੋੜੀ ਹੈ। ਉਹ ਲੋਕ ਹੈ ਜਿਹੜੇ ਲੋਕ ਇਹ ਕਹਿੰਦੇ ਹੈ ਕਿ ਘੱਟੋ ਘੱਟ ਭਾਰਤ ਦੇ ਵਿੱਚ ਮਨੁੱਖੀ ਅਧਿਕਾਰਾਂ ਦਾ ਮਾਨ ਸਨਮਾਨ ਨਹੀਂ ਹੁੰਦਾ, ਮਨੁੱਖੀ ਅਧਿਕਾਰਾਂ ਦੀ ਇੱਜ਼ਤ ਹੁੰਦੀ ਹੈ, ਉਹ ਇਸ ਮਾਮਲੇ ਨੂੰ ਉਠਾ ਰਹੇ, ਇਸ ਮਾਮਲੇ ਨੂੰ ਬਹੁਤ ਪੁੱਠਾ ਲਿਆ ਜਾ ਰਿਹਾ। ਸੋ ਅਸੀਂ ਜੇ ਇੱਥੇ ਦੇਖੀਏ ਤਾਂ ਸਾਡੀ ਜਿਹੜੀ ਭਾਰਤ ਦੀ ਅੰਦਰੂਨ ਨੀਤੀ ਆਪਣੀ ਹੋਰ ਹੈ, ਬਾਹਰ ਅਸੀਂ ਜਾ ਕੇ ਹੋਰ ਕਹਿੰਦੇ ਹਾਂ। ਸਾਡੇ ਪੋਲੀਟੀਸ਼ੀਅਨ ਜਿਹੜੇ ਹੈਗੇ ਹੈ ਜਾਂ ਸਾਡੇ ਜਰਨਲਿਸਟ ਵੀ ਲਗਭਗ ਉਹਨਾਂ ਲਾਈਨਾਂ ਤੇ ਸੋਚਦੇ ਆ ਜਿਹੜੀਆਂ ਫਿਰਕੂ ਲਾਈਨਾਂ ਦੇ ਉੱਤੇ ਸਾਡੀ ਮੌਜੂਦਾ ਸਰਕਾਰ ਚੱਲ ਰਹੀ ਹੈ। ਇਹ ਵੀ ਗੱਲਾਂ ਆਈਆਂ ਕਿ ਜਸਟਿਨ ਟਰੂਡੋ ਸਾਹਿਬ ਕਿਹੋ ਜਿਹੇ ਪ੍ਰਧਾਨ ਮੰਤਰੀ ਹੋਏ ਹੈ ਜਿਨ੍ਹਾਂ ਨੇ ਕਾਮਾ ਗਾਟਾ ਮਾਰੂ ਦੁਖਾਂਤ ਦਾ ਸ਼ਰੇ ਆਮ ਪਾਰਲੀਮੈਂਟ ਦੇ ਵਿੱਚ ਵੀ ਮਾਫ਼ੀ ਮੰਗੀ ਤੇ ਇੱਕ ਬਹੁਤ ਵੱਡਾ ਫੰਕਸ਼ਨ ਕਰਕੇ ਤੁਹਾਡੇ ਉੱਥੇ ਵੈਨਕੂਵਰ ਦੇ ਵਿੱਚ, ਉਸ ਫੰਕਸ਼ਨ ਦੇ ਵਿੱਚ ਉਹਨਾਂ ਨੇ ਕਿਹਾ ਵੀ ਸਾਥੋਂ ਇਹ ਗਲਤੀ ਹੋਈ ਹੈ, ਸਾਡੀ ਉਸ ਵੇਲੇ ਦੀ ਸਰਕਾਰ ਨੇ ਗਲਤੀ ਕੀਤੀ ਹੈ ਕਾਮਾ ਗਾਟਾ ਮਾਰੂ ਵਾਲੇ ਮਾਮਲੇ ਦੇ ਵਿੱਚ। ਹੁਣ ਸਾਨੂੰ ਇਹ ਪਤਾ ਵੀ ਕਾਮਾ ਗਾਟਾ ਮਾਰੂ ਲਹਿਰ ਹੈ ਜਿਹੜੀ, ਉਸ ਲਹਿਰ ਦੇ ਵਿੱਚ ਜਿਹੜੇ ਲੋਕ ਸ਼ਾਮਲ ਸੀ ਉਹਨਾਂ ਦੇ ਵਿੱਚੋਂ ਬਹੁ ਗਿਣਤੀ ਜਿਹੜੀ ਹੈਗੀ ਹੈ ਪੰਜਾਬੀਆਂ ਦੀ ਸੀ, ਤੇ ਪੰਜਾਬੀਆਂ ਦੇ ਵਿੱਚ ਬਹੁ ਗਿਣਤੀ ਉਹ ਸੀ ਜਿਹਨਾਂ ਦੇ ਸਿਰਾਂ ਦੇ ਉੱਤੇ ਦਸਤਾਰਾਂ ਸਜੀਆਂ ਹੋਈਆਂ ਸੀ। ਸੋ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਕਿ ਪੰਜਾਬੀਆਂ ਦੇ ਨਾਲ ਜਿਹੜਾ ਉਹ ਮਾੜਾ ਭਾਣਾ ਵਾਪਰਿਆ, ਉਸ ਭਾਣੇ ਦੀ ਉਹਨਾਂ ਨੇ ਜਿਹੜੀ ਹੈਗੀ ਹੈ ਮਾਫ਼ੀ ਮੰਗੀ, ਵੱਡੀ ਗੱਲ ਹੈ। ਇਹ ਤੋਂ ਅੱਗੇ ਜੇ ਆਪਾਂ ਦੇਖੀਏ ਤਾਂ ਟਰੂਡੋ ਸਾਹਿਬ ਨੇ ਇੱਕ ਹੋਰ ਬਹੁਤ ਵੱਡੀ ਗੱਲ ਕੀਤੀ ਕਿ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ, ਔਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਕੇ ਉੱਥੇ ਮੱਥਾ ਟੇਕਦੇ ਹੈ, ਖਾਲਸਾ ਡੇ ਪਰੇਡ ਦੇ ਵਿੱਚ ਵੀ ਇਹ ਸ਼ਾਮਿਲ ਹੁੰਦੇ ਹੈ। ਇਹ ਆਪਣੀ ਥਾਂ ਦੇ ਉੱਤੇ ਗੱਲਾਂ ਦੋ ਹੋ ਗਈਆਂ। ਤੇ ਤੀਜੀ ਗੱਲ ਜਿਹੜੀ ਮੇਰਾ ਖਿਆਲ ਹੈ ਜਿਹੜੀ ਭਾਰਤ ਸਰਕਾਰ ਨੂੰ ਸਭ ਤੋਂ ਵੱਧ ਦੁਖਦੀ ਹੈ, ਜਿਹੜੀ ਹੁਣ ਤੱਕ ਸਮਝੀ ਜਾਂਦੀ ਸੀ, ਉਹ ਇਹ ਕਿ ਭਾਰਤ ਸਰਕਾਰ ਇਸ ਗੱਲ ਤੋਂ ਵੀ ਦੁਖੀ ਹੈ ਕਿ ਟਰੂਡੋ ਸਾਹਿਬ ਨੇ ਇਹ ਗੱਲ ਕਹਿਤਾ ਕਿ ਮੇਰੇ ਮੰਤਰੀ ਮੰਡਲ ਦੇ ਵਿੱਚ ਮੋਦੀ ਕੈਬਨਿਟ ਨਾਲੋਂ ਵੱਧ ਸਿੱਖ ਹੈ, ਔਰ ਇਹ ਸਿੱਖ ਜਿਹੜੇ ਹੈਗੇ ਆ ਪੂਰੀ ਤਰ੍ਹਾਂ ਸਮਰੱਥ ਹੈ। ਇਹ ਤਿੰਨ ਚੀਜ਼ਾਂ ਜਿਹੜੀਆਂ, ਇਹ ਤਿੰਨ ਚੀਜ਼ਾਂ ਨੂੰ ਸਮਝਿਆ ਗਿਆ ਸੀ ਪਹਿਲਾਂ ਕਿ ਸ਼ਾਇਦ ਮੋਦੀ ਸਰਕਾਰ ਨੂੰ ਇਹ ਤਿੰਨ ਚੀਜ਼ਾਂ ਹਜ਼ਮ ਨਹੀਂ ਆਉਂਦੀਆਂ, ਇਹਦਾ ਕਰਕੇ ਉਹਨਾਂ ਨੇ ਜਿਹੜੇ ਆਪਣੇ ਟਰੂਡੋ ਸਾਹਿਬ ਇੱਥੇ ਆਏ ਹੈ ਉਹਨਾਂ ਦੀ ਫੇਰੀ ਨੂੰ ਜਿੰਨਾ ਹੁੰਗਾਰਾ ਮਿਲਣਾ ਚਾਹੀਦਾ ਸੀ, ਜਿੰਨਾ ਉਤਸ਼ਾਹ ਉਹਦੇ ਪ੍ਰਤੀ ਦਿਖਾਉਣਾ ਚਾਹੀਦਾ ਸੀ ਉਹ ਨਹੀਂ ਦਿਖਾਇਆ। ਇੱਥੇ ਇੱਕ ਜ਼ਿਕਰ ਗੱਲ ਇਹ ਵੀ ਹੈ ਸੁਖਨੈਬ ਜੀ ਦੀ, ਜਦੋਂ
ਸਾਡੇ ਦੇਸ਼ ਦੇ ਵਿੱਚ ਬਾਹਰਲੇ ਲੋਕ ਆਉਂਦੇ ਹੈ, ਪਹਿਲਾਂ ਇਹ ਪ੍ਰਥਾ ਨਹੀਂ ਸੀ, ਪਹਿਲਾਂ ਇਹ ਸੀ ਕਿ ਜਦੋਂ ਕੋਈ ਬਾਹਰਲਾ CVIP ਆਉਂਦਾ, ਕਿਸੇ ਦੇਸ਼ ਦਾ ਰਾਸ਼ਟਰਪਤੀ ਆਉਂਦਾ, ਪ੍ਰਧਾਨ ਮੰਤਰੀ ਆਉਂਦਾ, ਤਾਂ ਉਸ ਵੇਲੇ ਕਿਸੇ ਵਜ਼ੀਰ ਦੀ ਡਿਊਟੀ ਲੱਗ ਜਾਂਦੀ ਸੀ ਕਿ ਵਜ਼ੀਰ ਸਾਹਿਬ ਜਾਣਗੇ, ਉਹ ਉਹਨਾਂ ਨੂੰ ਉੱਥੋਂ ਰਿਸੀਵ ਕਰਨਗੇ, ਰਿਸੀਵ ਕਰਕੇ ਜਿੱਥੇ ਵੀ ਕਿਤੇ ਉਹਨਾਂ ਨੂੰ ਉੱਥੇ ਛੱਡਣਗੇ, ਬਾਅਦ ਦੇ ਵਿੱਚ ਜੋ ਫਿਰ ਸਰਕਾਰੀ ਹਿਸਾਬ ਕਿਤਾਬ ਹੁੰਦਾ ਉਹਦੇ ਮੁਤਾਬਕ ਮੀਟਿੰਗਾਂ ਵਗੈਰਾ ਕਰਨਗੇ। ਲੇਕਿਨ ਜਦੋਂ ਦੇ ਨਰਿੰਦਰ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣੇ, ਇਹਨਾਂ ਨੇ ਇੱਕ ਨਵੀਂ ਤਿਰਤ ਜਿਹੜੀ ਹੈ ਉਹ ਪਾਈ ਹੈ, ਨੀਂਹ ਤੋਂ ਹਟਵੀਂ ਹੈ। ਉਹ ਨੀਂਹ ਤੋਂ ਹਟਵੀਂ ਕੀ ਹੈ ਕਿ ਜਦੋਂ ਵੀ ਕੋਈ ਵੱਡਾ ਬੰਦਾ ਆਉਂਦਾ ਕਿਸੇ ਬਾਹਰਲੇ ਦੇਸ਼ ਦਾ, ਤਾਂ ਫਿਰ ਪ੍ਰਧਾਨ ਮੰਤਰੀ ਸਾਹਿਬ ਪ੍ਰੋਟੋਕੋਲ ਨੂੰ ਉਲੰਘ ਕੇ, ਜਿਹੜਾ ਬਣਿਆ ਹੋਇਆ ਪ੍ਰੋਟੋਕੋਲ ਹੈ ਉਹਨੂੰ ਉਲੰਘ ਕੇ ਹਵਾਈ ਅੱਡੇ ਤੇ ਜਾਂਦੇ ਹੈ, ਰਿਸੀਵ ਕਰਦੇ ਹੈ, ਉਹਨੂੰ ਜੱਫੀਆਂ ਪਾਉਂਦੇ ਹੈ, ਤਸਵੀਰਾਂ ਛਪਦੀਆਂ ਅਖਬਾਰਾਂ ਦੇ ਵਿੱਚ, ਫਿਰ ਉਹ ਟਵੀਟ ਕਰਦੇ ਹੈ, ਇਹ ਸਾਰੀਆਂ ਗੱਲਾਂ ਕਰਦੇ ਰਹੇ ਹੈ। ਜੇ ਆਪਾਂ ਬਾਹਲਾ ਲੰਬਾ ਸਵਾਲ ਪਛਾਣ ਆ ਜਾਈਏ, ਸੋਰੀ, ਤਾਂ ਆਪਾਂ ਦੇਖੀਏ ਕਿ ਮਿਸਟਰ ਬਰਾਕ ਓਬਾਮਾ ਜਦੋਂ ਭਾਰਤ ਦੇ ਦੌਰੇ ਤੇ ਆਉਂਦੇ ਹੈ, ਉਸ ਵੇਲੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਨੂੰ ਕਿੰਨਾ ਮਾਣ ਸਨਮਾਨ ਦਿੰਦੇ ਹੈ। ਤੁਸੀਂ ਉਹ ਟਾਈਮ ਵੀ ਯਾਦ ਕਰੋ ਜਦੋਂ ਪ੍ਰਧਾਨ ਮੰਤਰੀ ਸਾਹਿਬ ਓਬਾਮਾ ਸਾਹਿਬ ਦੇ ਨਾਲ ਤੁਰੇ ਜਾਂਦੇ, ਉਹਨਾਂ ਦਾ ਸਿੱਧਾ ਨਾਂ ਲੈ ਕੇ ਆਉਂਦੇ ਆ, ਮਿਸਟਰ ਬਰਾਕ ਕਹਿ ਕੇ ਬੁਲਾਉਂਦੇ ਹੈ। ਇਵੇਂ ਜਿਵੇਂ ਜਿਹੜੇ ਮੌਜੂਦਾ ਪ੍ਰਧਾਨ ਹੈਗੇ ਤੁਹਾਡੇ ਪ੍ਰੈਜੀਡੈਂਟ ਹੈਗੇ ਅਮੈਰੀਕਾ ਦੇ, ਇਹਨਾਂ ਦੀ ਡਿਊਟੀ ਜਦੋਂ ਇੱਥੇ ਆਉਂਦੀ ਹੈ ਉਹਦੇ ਕੋਲ ਕੋਈ ਕੰਸਟੀਟਿਊਸ਼ਨਲ ਪੋਸਟ ਨਹੀਂ ਹੈਗੀ, ਉਹ ਅਮੈਰੀਕਾ ਦੇ ਰਾਸ਼ਟਰਪਤੀ ਦੀ ਧੀ ਜ਼ਰੂਰ ਹੈ, ਪਰ ਜੇ ਆਪਾਂ ਕਹਿ ਦਈਏ ਉਹਨੇ ਕੋਈ ਕੰਸਟੀਟਿਊਸ਼ਨ ਦੀ ਸਹੁੰ ਚੁੱਕੀ ਹੈ, ਕਿਸੇ ਕਿਸਮ ਦੀ ਕੋਈ ਇਸ ਕਿਸਮ ਦੀ ਪੋਜੀਸ਼ਨ ਹੈ ਤਾਂ ਉਹ ਨਹੀਂ ਹੈ। ਉਹਦੇ ਬਾਵਜੂਦ ਵੀ ਪ੍ਰਧਾਨ ਮੰਤਰੀ ਸਾਹਿਬ ਉਹਨੂੰ ਵੀ ਮਿਲਦੇ ਹੈ, ਸਾਡੇ ਇਜ਼ਰਾਈਲ ਦੇ ਜਿਹੜੇ ਹੈਗੇ ਆ ਮੁਖੀ ਆਉਂਦੇ ਹੈ, ਇਜ਼ਰਾਈਲ ਦੇ ਮੁਖੀ ਨੂੰ ਵੀ ਮਿਲਦੇ ਹੈ। ਇਵੇਂ ਜਿਵੇਂ ਅਰਬ ਮੁਲਕਾਂ ਦੇ ਵਿੱਚ ਇੱਕ ਜਿਹੜਾ ਹੈਗਾ ਉਹਨਾਂ ਦਾ ਬਾਦਸ਼ਾਹ ਆਉਂਦਾ, ਉਹਨੂੰ ਵੀ ਜਾ ਕੇ ਉਵੇਂ ਮਿਲਦੇ। ਜਦੋਂ ਸਾਰਿਆਂ ਨੂੰ ਪ੍ਰੋਟੋਕੋਲ ਤੋੜ ਕੇ ਇਸ ਤਰ੍ਹਾਂ ਮਿਲਦੇ ਹੈ, ਤਾਂ ਦੁਨੀਆਂ ਦੀ ਬਹੁਤ ਵੱਡੀ ਡੈਮੋਕ੍ਰੇਸੀ ਹੈ ਕੈਨੇਡਾ ਜਿਹਦੇ ਵਿੱਚ ਭਾਰਤੀਆਂ ਦੀ ਬੜੀ ਵੱਡੀ ਬਸੋਂ ਬਸੀ ਹੋਈ ਹੈ, ਉਹਦੇ ਪ੍ਰਤੀ ਫਿਰ ਜਿਹੜਾ ਹੈਗਾ ਆਹ ਨਕਾਰਾਤਮਕ ਪੱਖ ਕਿਉਂ ਦਿਖਾਇਆ। ਆਹ ਤਿੰਨ ਚਾਰ ਗੱਲਾਂ ਜਿਹੜੀਆਂ ਆਪਾਂ ਕੀਤੀਆਂ ਕਿ ਇਹ ਤਿੰਨ ਚਾਰ ਗੱਲਾਂ ਸ਼ਾਇਦ ਇਹਨਾਂ ਨੂੰ ਦੁਖਾਂਦੀਆਂ ਹੋਣ, ਇਸ ਕਰਕੇ ਵੀ ਕੀਤੀ ਹੈ। ਲੇਕਿਨ ਅੱਜ ਹਿੰਦੁਸਤਾਨ ਟਾਈਮਸ ਨੇ ਇੱਕ ਹੋਰ ਬਹੁਤ ਵੱਡੀ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ, ਔਰ ਉਹ ਰਿਪੋਰਟ ਜਿਹੜੀ ਹੈਗੀ ਹੈ ਉਹ ਤਾਂ ਬੜਾ ਕਮਾਲ ਦੀ ਗੱਲ ਦੱਸੀ ਜਾਂਦੀ ਹੈ। ਉਹ ਕਹਿੰਦੇ ਵੀ ਅਸਲ ਦੇ ਵਿੱਚ ਜਿਹੜੀ ਹੈਗੀ ਹੈ ਭਾਰਤ ਸਰਕਾਰ ਹੈ, ਭਾਰਤ ਸਰਕਾਰ ਨੂੰ ਰੰਜ ਇਸ ਕਰਕੇ ਹੈ ਕਿ ਜਿਹੜੇ ਕੈਨੇਡਾ ਦੇ ਵਿੱਚ ਸਾਡਾ ਸਿੱਖ ਭਾਈਚਾਰੇ ਦਾ ਇੱਕ ਖਾੜਕੂ ਗਰੁੱਪ ਬੈਠਾ ਹੈ, ਉਸ ਖਾੜਕੂ ਗਰੁੱਪ ਦੇ ਨਾਲ ਭਾਰਤ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਸੀ ਇੱਕ ਵਿਚੋਲੇ ਦੇ ਜ਼ਰੀਏ, ਉਸ ਗੱਲਬਾਤ ਨੂੰ ਸਫਲ ਨਹੀਂ ਹੋਣ ਦਿੱਤਾ ਕੈਨੇਡਾ ਦੀ ਸਰਕਾਰੀ ਮਸ਼ੀਨਰੀ ਨੇ, ਉਹਦਾ ਕਰਕੇ ਕਹਿੰਦੇ ਇਹਨਾਂ ਦੇ ਆਪਸ ਮੇਂ ਜਿਹੜੇ ਹੈਗੇ ਸੰਬੰਧਾਂ ਦੇ ਵਿੱਚ ਖਟਾਸ ਆਈ ਹੈ। ਇਹ ਗੱਲ ਹੈਗੀ ਹੈ ਜੀ ਨਵੰਬਰ 2016 ਦੀ, ਨਵੰਬਰ 2016 ਦੇ ਵਿੱਚ ਰਾਮ ਮਾਧਵ ਨਾਂ ਦਾ ਇੱਕ RSS ਦਾ ਪ੍ਰਚਾਰਕ ਹੈ, RSS ਦਾ ਬਹੁਤ ਵੱਡਾ ਆਗੂ ਹੈ, ਜਿਹੜਾ ਜੰਮੂ ਕਸ਼ਮੀਰ ਦਾ ਵੀ ਇੰਚਾਰਜ ਸੀ, ਜਿਹਨੇ ਤੁਹਾਡਾ ਇਹਦੇ ਨਾਲ ਜਿਹੜੀ ਮੁਫਤੀ ਬਾਪ ਬੇਟੀ ਸੀ ਉਹਨਾਂ ਦੇ ਨਾਲ, ਹਾਂ ਮਹਿਬੂਬਾ ਮੁਫਤੀ ਤੇ ਬਾਪ ਦੇ ਨਾਲ ਜਿਹੜੀ ਗੱਲਬਾਤ ਕੀਤੀ ਸੀ PDP ਤੇ BJP ਦੀ ਸਾਂਝੀ ਸਰਕਾਰ ਬਣਾਉਣ ਵਾਸਤੇ, ਉਹ ਬੰਦਾ ਨਵੰਬਰ 2016 ਦੇ ਵਿੱਚ ਟੋਰਾਂਟੋ ਪਹੁੰਚਦਾ, ਤੇ ਟੋਰਾਂਟੋ ਪਹੁੰਚਦਾ ਕਿਵੇਂ, ਇੱਕ ਪਲੈਨਿੰਗ ਬਣੀ ਹੋਈ ਹੈ, ਇੱਕ ਯੋਜਨਾ ਬਣੀ ਹੋਈ ਹੈ। ਉਹ ਯੋਜਨਾ ਇਹ ਸੀ ਕਿ ਜਿਹੜੇ ਕੈਨੇਡਾ ਦੇ ਮਿਲੀਟੈਂਟ ਸਿੱਖ ਹੈ ਉਹਨਾਂ ਦੇ ਨਾਲ ਮੀਟਿੰਗ ਕੀਤੀ ਜਾਵੇ, ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਜਾਣ, ਉਹਨਾਂ ਦਾ ਪੜਿਆ ਜਾਵੇ ਦਿਮਾਗ ਕਿ ਉਹ ਚਾਹੁੰਦੇ ਕੀ ਹੈ, ਤੇ ਫਿਰ ਕਿਸੇ ਨਾ ਕਿਸੇ ਹੱਲ ਤੇ ਪਹੁੰਚਿਆ ਜਾਵੇ। ਇਸ ਲਈ ਉਹਨਾਂ ਨੇ ਜਿਹੜੇ ਹੈਗੇ ਇੰਗਲੈਂਡ ਦੇ UK ਦੇ ਵਸਨੀਕ ਹੈ ਇੱਕ ਮਿਸਟਰ ਜਗਦੇਵ ਸਿੰਘ ਰਾਏ, ਉਹ ਵੀ ਸਿੱਖ ਆਗੂ ਹੈ, ਉਹਨਾਂ ਨੂੰ ਉਹਨਾਂ ਨੇ ਉਹਨਾਂ ਦੀ ਮਦਦ ਲਈ, ਕਿਉਂਕਿ ਕੈਨੇਡਾ ਦੇ ਸਿੱਖ ਜਿਹੜੇ ਹੈਗੇ ਕੈਨੇਡਾ ਦੇ ਸਿੱਖ ਰਾਮ ਮਾਧਵ ਨਾਲ ਸਿੱਧੀ ਗੱਲ ਨਹੀਂ ਸੀ ਕਰਨਾ ਚਾਹੁੰਦੇ, ਉਹ ਚਾਹੁੰਦੇ ਸੀਗੇ ਕਿ ਕੋਈ ਨਾ ਕੋਈ ਵਿਚਕਾਰ ਮਾਧਿਅਮ ਚਾਹੀਦਾ ਜਿਹਦੇ ਰਾਹੀਂ ਅਸੀਂ ਗੱਲ ਕਰੀਏ। ਤਾਂ ਫਿਰ ਮਾਧਿਅਮ ਬਣਾਇਆ ਜਗਦੇਵ ਸਿੰਘ ਰਾਏ, ਪਹਿਲਾਂ ਜਗਦੇਵ ਸਿੰਘ ਰਾਏ ਦੇ ਮਾਧਿਅਮ ਰਾਹੀਂ ਸੀ ਰਾਮ ਮਾਧਵ ਸਾਹਿਬ ਨੇ ਇੰਗਲੈਂਡ ਦੇ ਜਿਹੜੇ ਖਾੜਕੂ ਸਿੱਖ ਬੈਠੇ ਉਹਨਾਂ ਨਾਲ ਗੱਲ ਕੀਤੀ ਸੀ। ਹਾਲਾਂਕਿ ਜਗਦੇਵ ਸਿੰਘ ਰਾਏ 25-30 ਵਾਰੀ ਕੈਨੇਡਾ ਪਹਿਲਾਂ ਵੀ ਆਇਆ ਸੀ, ਪਰ ਜਿਹੜੀ ਨਵੰਬਰ 2016 ਵਾਲੀ ਉਹਨਾਂ ਦੀ ਮੀਟਿੰਗ ਸੀ ਉਸ ਮੀਟਿੰਗ ਦੇ ਵਿੱਚ ਰਾਏ ਸਾਹਿਬ ਇਸ ਕਰਕੇ ਨਹੀਂ ਆ ਸਕੇ ਕਿਉਂਕਿ ਕਹਿੰਦੇ ਵੀ ਇੱਕ ਡਾਕੂਮੈਂਟ ਹੁੰਦਾ ਇਲੈਕਟ੍ਰੋਨਿਕ ਟ੍ਰੈਵਲ ਆਥੋਰਾਈਜੇਸ਼ਨ, ਉਹਨਾਂ ਨੇ ਇਹ ਮੰਗਿਆ ਸੀ ਕਿ 17 ਨਵੰਬਰ 2016 ਦੇ ਸਫ਼ਰ ਲਈ ਮੈਨੂੰ ਇਹ ਡਾਕੂਮੈਂਟ ਜਿਹੜਾ ਹੈਗਾ ਜਾਰੀ ਕੀਤਾ ਜਾਵੇ। ਹਾਲਾਂਕਿ ਕਹਿੰਦੇ ਦੋ ਚਾਰ ਦਿਨਾਂ ਦੀ ਗੱਲ ਹੁੰਦੀ ਹੈ, ਲੇਕਿਨ ਕੈਨੇਡੀਅਨ ਜਿਹੜੀ ਸਰਕਾਰੀ ਮਸ਼ੀਨਰੀ ਸੀ ਉਹਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀ ਕਿ ਸਾਥੋਂ ਬਿਨਾਂ ਇਹ ਖਾੜਕੂ ਸਿੱਖਾਂ ਦੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੈ, ਇਸ ਲਈ ਉਹਨਾਂ ਨੇ ਇਹ ਡਾਕੂਮੈਂਟ ਉਹਨਾਂ ਨੂੰ ਨਹੀਂ ਸੀ ਦਿੱਤਾ, ਤੇ ਇਹ ਡਾਕੂਮੈਂਟ ਕਿਤੇ ਜਾ ਕੇ 2017 ਦੇ ਵਿੱਚ ਉਹਨਾਂ ਨੂੰ ਇਨਫੋਰਮ ਕੀਤਾ ਜਾਂਦਾ ਕਿ ਤੁਹਾਨੂੰ ਅਸੀਂ ਡਿਨਾਈ ਕਰਦੇ ਹਾਂ। ਔਰ ਰਾਮ ਮਾਧਵ ਸਾਹਿਬ ਜਦੋਂ ਉੱਥੇ ਪਹੁੰਚ ਗਏ, ਰਾਮ ਮਾਧਵ ਸਾਹਿਬ ਨੇ ਕੋਸ਼ਿਸ਼ ਕੀਤੀ ਕਿ ਸਿੱਖਾਂ ਦੇ ਖਾੜਕੂ ਗਰੁੱਪ ਨਾਲ ਗੱਲਬਾਤ ਕੀਤੀ ਜਾਵੇ, ਲੇਕਿਨ ਉਹਨਾਂ ਨੇ ਬਗੈਰ ਰਾਏ ਸਾਹਿਬ ਦੀ ਸ਼ਮੂਲੀਅਤ ਤੋਂ ਗੱਲਬਾਤ ਕਰਨ ਤੋਂ ਇਨਕਾਰ ਕਰਤਾ ਸੀ, ਤੇ ਫਿਰ ਮਾਧਵ ਸਾਹਿਬ
ਸਿਰਫ ਦੋ ਪ੍ਰਤੀਨਿਧਾਂ ਨੂੰ ਮਿਲ ਕੇ ਤੇ ਉੱਥੋਂ ਵਾਪਸ ਆ ਗਈ ਸੀ। ਅਸਲ ਦੇ ਵਿੱਚ ਜਿਹੜੀ ਆਰ ਐਸ ਐਸ ਤੇ ਭਾਰਤੀ ਜਨਤਾ ਪਾਰਟੀ ਦੀ ਆਹ ਕੋਸ਼ਿਸ਼ ਸੀ, ਇਹ ਕੋਸ਼ਿਸ਼ ਕੈਨੇਡੀਅਨ ਸਰਕਾਰੀ ਮਸ਼ੀਨਰੀ ਨੇ ਕਿ ਕੈਨੇਡੀਅਨ ਸਰਕਾਰ ਨੇ ਇਹਨੂੰ ਸਿਰੇ ਨਹੀਂ ਸੀ ਚੜਨ ਦਿੱਤਾ, ਇਹਦਾ ਕਰਕੇ ਔਖੇ ਹੁੰਦੇ ਆ। ਔਰ ਹਿੰਦੁਸਤਾਨ ਟਾਈਮਸ ਇਹਨਾਂ ਦੋ ਰਿਪੋਰਟਰਸ ਨੇ ਇਹ ਅੱਜ ਖ਼ਬਰ ਲਿਖੀ ਹੈ, ਉਹਨਾਂ ਨੇ ਦੋ ਬਹੁਤ ਹੀ ਭਰੋਸੇਯੋਗ ਸੂਤਰਾਂ ਦੇ ਨਾਲ ਗੱਲਬਾਤ ਕਰਕੇ ਇਹ ਖ਼ਬਰ ਕੱਢੀ ਹੈ ਤੇ ਮਿਸਟਰ ਜਗਦੇਵ ਸਿੰਘ ਰਾਏ ਇਸ ਵੇਲੇ ਜਨੇਵਾ ਦੇ ਵਿੱਚ ਹੈ, ਯੂ ਐਨ ਓ ਦੀ ਕਿਸੇ ਮੀਟਿੰਗ ਦੇ ਵਿੱਚ ਉਹ ਯੂ ਐਨ ਦੀ ਮੀਟਿੰਗ ਦੇ ਵਿੱਚ ਭਾਗ ਲੈਣ ਵਾਸਤੇ ਆਏ ਹੈ। ਫਿਰ ਇਹਨਾਂ ਨੇ ਉਹਨਾਂ ਨਾਲ ਗੱਲ ਕੀਤੀ ਔਰ ਉਹਨਾਂ ਨੇ ਵੀ ਇਹੀ ਗੱਲ ਦੱਸੀ ਹੈ ਕਿ ਹਾਂ ਮੇਰਾ ਇਹ ਰੰਜ ਸੀ, ਮੈਨੂੰ ਇਹਨਾਂ ਨੇ ਨਹੀਂ ਮਿਲ ਦਿੱਤਾ, ਮੈਂ ਚਾਹੁੰਦਾ ਸੀ ਕਿ ਖਾੜਕੂਆਂ ਦੇ ਨਾਲ ਆਰ ਐਸ ਐਸ ਦੀ ਗੱਲਬਾਤ ਕਰਵਾਈ ਜਾਵੇ। ਔਰ ਵੱਡੀ ਗੱਲ ਇਹ ਹੈ ਕਿ ਜਦੋਂ ਹੁਣ ਟਰੂਡੋ ਸਾਹਿਬ ਇੱਥੇ ਆਏ ਹੈ, ਟਰੂਡੋ ਸਾਹਿਬ ਨੂੰ ਜਾਣ ਬੁੱਝ ਕੇ ਉਹਨਾਂ ਨੂੰ ਨਜ਼ਰ ਅੰਦਾਜ਼ ਕਰਨ ਦਾ ਯਤਨ ਕੀਤਾ ਗਿਆ ਵਾਰੀ ਵਾਰੀ, ਜਿਹੜਾ ਪ੍ਰਧਾਨ ਮੰਤਰੀ ਛੋਟੇ ਛੋਟੇ ਦੇਸ਼ਾਂ ਦੇ ਮੁਖੀਆਂ ਨੂੰ ਜਾ ਕੇ ਜੱਫੀਆਂ ਪਾਉਂਦਾ ਫਿਰਦਾ ਹੈ, ਜਿਹੜਾ ਪ੍ਰਧਾਨ ਮੰਤਰੀ ਦੁਬਾਸ ਦੇ ਵਿੱਚ ਜਾ ਕੇ ਸਾਡੇ ਮਿਰਚ ਮਸਾਲੇ ਵੀ ਨਾਲ ਲੈ ਗਿਆ ਸੀ ਔਰ ਸਾਡੇ ਇੱਥੋਂ ਖਾਣ ਸਾਹਮਣੇ ਰਸੋਈਏ ਵੀ ਨਾਲ ਲੈ ਗਿਆ ਸੀ, ਲੋਕਾਂ ਨੂੰ ਦੁਨੀਆਂ ਨੂੰ ਪਕਵਾਨ ਨੀਰਵ ਮੋਦੀ ਨੂੰ ਵੀ ਨਾਲ ਲੈ ਗਿਆ ਜੀ ਨੇ ਸਾਨੂੰ 11,500 ਕਰੋੜ ਰੁਪਏ ਦੇ ਵਿੱਚ ਰਗੜਾ ਲਾਇਆ ਹੋਇਆ। ਉਹ ਜਦੋਂ ਐਡਾ ਵੱਡਾ ਬੰਦਾ ਸਾਡੇ ਦੇਸ਼ ਦੇ ਵਿੱਚ ਆਉਂਦਾ ਤੇ ਉਹਨੂੰ ਮਿਲਦਾ ਕਿਉਂ ਨੀ, ਇਹ ਆਪਣੇ ਆਪ ਦੇ ਵਿੱਚ ਆਹ ਗੱਲਾਂ ਹੈ ਜਿਹਦੀ ਵਜ੍ਹਾ ਕਾਰਨ ਨਰਿੰਦਰ ਮੋਦੀ ਸਾਹਿਬ ਦੀ ਸਰਕਾਰ ਨੇ, ਭਾਰਤੀ ਜਨਤਾ ਪਾਰਟੀ ਆਰ ਐਸ ਐਸ ਨੇ ਜਸਟਿਨ ਟਰੂਡੋ ਦੀ ਯਾਤਰਾ ਨੂੰ ਘਟਾ ਕੇ ਪੇਸ਼ ਕਰਨ ਦਾ ਯਤਨ ਕੀਤਾ ਹੈ। ਲੇਕਿਨ ਮੈਂ ਮਹਿਸੂਸ ਕਰਦਾ ਕਿ ਜਿਸ ਢੰਗ ਦੇ ਨਾਲ ਜਸਟਿਨ ਟਰੂਡੋ ਸਾਹਿਬ ਪੰਜਾਬ ਆਏ ਔਰ ਪੰਜਾਬ ਦੇ ਵਿੱਚ ਚਲੋ ਜੇ ਸਵੇਰ ਦਾ ਭੁੱਲਿਆ ਬੰਦਾ ਸ਼ਾਮ ਨੂੰ ਘਰੇ ਆ ਜਾਏ ਤਾਂ ਉਹਨੂੰ ਸਾਨੂੰ ਖੁਸ਼ਾਮਦੀ ਵੀ ਕਹਿਣਾ ਚਾਹੀਦਾ, ਥੈਂਕਸ ਹੀ ਕਰਨਾ ਚਾਹੀਦਾ ਹੈ ਜੋ ਵੀ ਹੋਇਆ ਪਿੱਛੇ ਹੋਇਆ। ਜਿਸ ਢੰਗ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਤੇ ਟਰੂਡੋ ਹੋਰਾਂ ਦੀ ਮੀਟਿੰਗ ਹੁੰਦੀ ਹੈ ਤੇ ਟਰੂਡੋ ਆਪਣੇ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ ਨੂੰ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਬੁਲਾਉਂਦਾ ਹੈ ਤੇ ਨਾਲ ਹੀ ਟਰੂਡੋ ਸਾਹਿਬ ਇਹ ਗੱਲ ਕਹਿੰਦੇ ਹੈ ਕਿ ਮਿਸਟਰ ਚੀਫ ਮਿਨਿਸਟਰ ਮੇਰੀ ਕੈਬਨਿਟ ਦੇ ਵਿੱਚ ਕੋਈ ਵੀ ਖਾਲਿਸਤਾਨੀ ਨਹੀਂ ਹੈ ਜੀ, ਇਹ ਗੱਲ ਕਹਿਣੀ ਤੇ ਨਾਲ ਇਹ ਵਿਸ਼ਵਾਸ ਦਵਾਉਣਾ ਕਿ ਕੈਨੇਡਾ ਭਾਰਤ ਦੀ ਏਕਤਾ ਤੇ ਅਖੰਡਤਾ ਦੇ ਹੱਕ ਵਿੱਚ ਹੈ, ਅਸੀਂ ਕਿਸੇ ਕਿਸਮ ਦੀ ਵੱਖਵਾਦੀ ਲਹਿਰ ਨੂੰ ਸਪੋਰਟ ਨਹੀਂ ਕਰਦੇ। ਔਰ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਤੇ ਹਰਿਮੰਦਰ ਸਾਹਿਬ ਕੰਪਲੈਕਸ ਦੇ ਵਿੱਚ ਜਿੱਡਾ ਵੱਡਾ ਉਹਨਾਂ ਦਾ ਸਵਾਗਤ ਹੋਇਆ ਹੈ, ਪੰਜਾਬ ਦੇ ਲੋਕਾਂ ਨੇ ਜਿਵੇਂ ਉਹਨਾਂ ਨੂੰ ਪਲਕਾਂ ਦੇ ਉੱਤੇ ਬਿਠਾਇਆ ਹੈ, ਮੈਂ ਸਮਝਦਾ ਕਿ ਭਾਰਤ ਸਰਕਾਰ ਦੀਆਂ ਜਿਹੜੀਆਂ ਕੋਸ਼ਿਸ਼ਾਂ ਸੀ ਜਿਹੜੇ ਯਤਨ ਸੀ ਇਹਨੂੰ ਛਟਿਆਉਣ ਦੇ, ਉਹ ਯਤਨ ਜਿਹੜੇ ਹੈਗੇ ਕਿਸੇ ਹੱਦ ਤੱਕ ਅਸਫਲ ਹੋਏ। ਇੱਥੇ ਮੈਂ ਇੱਕ ਗੱਲ ਹੋਰ ਕਹਿਣੀ ਚਾਹੂੰਗਾ ਕਿ ਜਸਟਿਨ ਟਰੂਡੋ ਸਾਹਿਬ ਤਾਂ ਚਲੋ ਫੇਰ ਵੀ ਬਾਹਰਲੇ ਹੈ, ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਹੈ, ਜਸਟਿਨ ਟਰੂਡੋ ਸਾਹਿਬ ਨੇ ਤਾਂ ਉਹਨਾਂ ਦੀ ਸਰਕਾਰ ਨੇ ਆਰ ਐਸ ਐਸ ਦੇ ਇੱਕ ਸ਼ਖਸ ਦੀ ਕੈਨੇਡਾ ਦੇ ਸਿੱਖ ਜਿਹੜੇ ਹੈਗੇ ਆ ਮਿਲੀਟੈਂਟਸ ਉਹਨਾਂ ਦੇ ਨਾਲ ਗੱਲ ਨਹੀਂ ਹੋਣ ਦਿੱਤੀ, ਉਹਨਾਂ ਨੂੰ ਇਹ ਰੰਜ ਹੋ ਸਕਦਾ। ਲੇਕਿਨ ਜੇ ਅਸੀਂ ਪੰਜਾਬ ਵਾਲੀ ਗੱਲ ਦੇਖੀਏ ਸੁਖਨੈਬ ਜੀ, ਤਾਂ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਦੇ ਵਿੱਚ ਜਿਹੜੀ ਸਾਡੀ ਸਾਬਕਾ ਸਰਕਾਰ ਸੀ ਅਕਾਲੀ ਭਾਜਪਾ ਸਰਕਾਰ, ਇਹ ਗੱਠਜੋੜ ਸਰਕਾਰ ਸੀ ਔਰ ਇਹ ਗੱਠਜੋੜ ਸਰਕਾਰ, ਇਹਨਾਂ ਦਾ ਗੱਠਜੋੜ ਅੱਜ ਦਾ ਨੀ ਬਹੁਤ ਪੁਰਾਣਾ ਗੱਠਜੋੜ ਹੈ, ਤੁਰਿਆ ਹੁੰਦਾ ਹੈ। ਵੱਡੇ ਬਾਦਲ ਸਾਹਿਬ ਜਿਹੜੇ ਆਪਣੇ ਆਪ ਨੂੰ ਕਿਸਾਨੀ ਦੇ ਵੀ ਸਿਆਹ ਕਹਾਉਂਦੇ ਆ ਤੇ ਨਾਲ ਇਹ ਵੀ ਕਹਿੰਦੇ ਹੈ ਕਿ ਮੈਥੋਂ ਵਧੀਆ ਸਿੱਖ ਕੋਈ ਨੀ, ਉਹ ਕਈ ਵਾਰੀ ਕਹਿ ਚੁੱਕੇ ਹੈ ਕਿ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦਾ 9 ਮਾਸਤਾ ਰਿਸ਼ਤਾ ਇਹ ਆਪਦੀ ਥਾਂ ਠੀਕ ਹੈ। ਤੇ ਤੁਹਾਨੂੰ ਇਹ ਵੀ ਬੜੀ ਚੰਗੀ ਤਰ੍ਹਾਂ ਪਤਾ ਹੈ, ਸਾਡੇ ਸਰੋਤਿਆਂ ਨੂੰ ਬਹੁਤ ਸਾਰਿਆਂ ਨੂੰ ਪਤਾ ਹੋਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਸਟੈਂਪ ਲਾ ਕੇ ਆਰ ਐਸ ਐਸ ਦੀ ਇੱਕ ਅਜਿਹੀ ਕਿਤਾਬ ਨੂੰ ਪ੍ਰਵਾਨਗੀ ਦਿੱਤੀ ਹੈ ਜਿਹੜੀ ਕਿਤਾਬ ਦੇ ਰਾਹੀਂ ਸਿੱਖ ਗੁਰੂਆਂ ਨੂੰ ਡਾਕੂ ਕਾਤਲ ਤੇ ਪਤਾ ਨੀ ਕੀ ਕੁਛ ਜਿਹੜੇ ਹੈ ਨਕਾਰਮਤ ਦੇ ਨਾਲ ਕੀਤਾ ਗਿਆ। ਹੁਣ ਉਹ ਉਹਨਾਂ ਦੇ ਉਹਨਾਂ ਨਾਲ ਤਾਂ ਭਾਰਤੀ ਜਨਤਾ ਪਾਰਟੀ ਦੀ ਉਹਨਾਂ ਅਕਾਲੀਆਂ ਨਾਲ ਤਾਂ ਬਹੁਤ ਵੱਡੀ ਮੇੜਤਾ, ਜਿਹਨਾਂ ਨੇ ਸਾਰਾ ਕੁਛ ਉਹਨਾਂ ਦੇ ਹਵਾਲੇ ਕਰਤਾ ਕਿ ਜੋ ਮਰਜ਼ੀ ਕਰੋ। ਇਲਜ਼ਾਮ ਇਹ ਵੀ ਲੱਗ ਰਹੇ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੰਘ ਸਾਹਿਬਾਨਾਂ ਵੱਲੋਂ ਜਿਹੜੇ ਫੈਸਲੇ ਲਏ ਜਾਂਦੇ ਹੈ ਉਹਨਾਂ ਫੈਸਲਿਆਂ ਦੇ ਉੱਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਰ ਐਸ ਐਸ ਦੀ ਛਾਪ ਹੁੰਦੀ ਹੈ। ਪਰ ਆਪਦੇ ਜਿਹੜੇ ਹੈਗੇ ਗੱਠਜੋੜ ਦੇ ਭਾਈਵਾਲਾਂ ਨਾਲ ਜੋ ਰਵੱਈਆ ਅਪਣਾਇਆ ਹੈ, ਉਹਨਾਂ ਨਾਲ ਜੋ ਵਰਤਾਓ ਕੀਤਾ ਨਰਿੰਦਰ ਮੋਦੀ ਸਾਹਿਬ ਦੀ ਸਰਕਾਰ ਨੇ, ਉਹ ਵੀ ਕੱਲ੍ਹ ਆਪਣੇ ਸਭ ਦੇ ਸਾਹਮਣੇ। ਤੁਹਾਨੂੰ ਪਤਾ ਵੀ ਪੰਜਾਬ ਦੇ ਵਿੱਚੋਂ ਪੰਜਾਬੀਆਂ ਦੀ ਨੁਮਾਇੰਦਗੀ ਹਿੰਦੁਸਤਾਨ ਦੀ ਕੈਬਨਿਟ ਦੇ ਵਿੱਚ ਜੇ ਕੋਈ ਸ਼ਖਸ ਕਰਦਾ ਹੈ ਤਾਂ ਉਹ ਬੀਬੀ ਹਰਸਿਮਰਤ ਕੌਰ ਬਾਦਲ ਹੈ। ਉਹ ਬਠਿੰਡੇ ਦੀ ਪਾਰਲੀਮੈਂਟ ਮੈਂਬਰ ਹੈ, ਅਕਾਲੀ ਦਲ ਦੀ ਕੈਂਡੀਡੇਟ ਹੈ ਔਰ ਉਹਨੂੰ ਕੇਂਦਰ ਦੇ ਵਿੱਚ ਵਜ਼ੀਰ ਵੀ ਬਣਾਇਆ, ਸਿੱਖ ਪੰਥ ਨਾਲ ਵੀ ਸੰਬੰਧਿਤ ਹੈ, ਪੰਜਾਬੀ ਵੀ ਹੈ। ਉਹ ਚਾਹੀਦਾ ਇਹ ਸੀ ਕਿ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਇਹ ਹੱਕ ਦਿੱਤਾ ਜਾਂਦਾ ਕਿ ਜਦੋਂ ਟਰੂਡੋ ਸਾਹਿਬ ਲੈਂਡ ਕਰਦੇ ਆ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ, ਤੇ ਉਹਨਾਂ ਨੂੰ ਬੀਬੀ ਹਰਸਿਮਰਤ ਕੌਰ ਬਾਦਲ ਕੇਂਦਰ ਦੇ ਪ੍ਰਤੀਨਿਧ ਵਜੋਂ ਰਿਸੀਵ ਕਰਦੀ। ਲੇਕਿਨ ਹੋਇਆ ਕੀ ਹੈ ਕਿ ਬੀਬੀ ਬਾਦਲ ਕੈਬਨਿਟ ਮੰਤਰੀ ਹੈ, ਉਹਦੀ ਥਾਂ ਤੇ
ਇੱਕ ਸਟੇਟ ਮਿਨਿਸਟਰ ਹਰਦੀਪ ਸਿੰਘ ਪੁਰੀ ਜਿਹੜੇ ਭਾਵੇਂ ਉਂਝ ਪੰਜਾਬੀ ਹੈ ਲੇਕਿਨ ਪੰਜਾਬ ਨਾਲ ਉਹਨਾਂ ਦਾ ਸਿੱਧਾ ਸੰਬੰਧ ਨਹੀਂ, ਉਹ ਦਿੱਲੀ ਦੇ ਰਹਿਣ ਵਾਲੇ ਹੈ, ਸ਼ਹਿਰੀ ਸਿੱਖ ਹੈ, ਉਹਨਾਂ ਨੂੰ ਭੇਜਿਆ ਜਾਂਦਾ ਕਿ ਤੁਸੀਂ ਜਾ ਕੇ ਰਿਸੀਵ ਕਰੋਗੇ ਦਿੱਲੀ ਦੇ ਤੋਂ ਉਹ ਆਉਂਦੇ ਹੈ। ਔਰ ਪੰਜਾਬ ਚੋਂ ਕੈਪਟਨ ਅਮਰਿੰਦਰ ਸਿੰਘ ਨੇ ਬੜੇ ਤਰੀਕੇ ਦੇ ਨਾਲ ਬਾਦਲ ਪਰਿਵਾਰ ਦਾ ਜਿਹੜਾ ਸਭ ਤੋਂ ਕੱਟੜ ਵਿਰੋਧੀ ਹੈ ਨਵਜੋਤ ਸਿੱਧੂ ਦੀ ਡਿਊਟੀ ਲਾਤੀ। ਹੁਣ ਕੱਲ ਦੀਆਂ ਤਸਵੀਰਾਂ ਦੇਖੋ ਤੁਸੀਂ, ਅਖਬਾਰਾਂ ਚ ਦੇਖ ਲਈਆਂ ਹੋਣੀਆਂ, ਸੋਸ਼ਲ ਮੀਡੀਆ ਤੇ ਵੀ ਆ ਗਈਆਂ ਹੋਣੀਆਂ, ਤੁਸੀਂ ਦੇਖੀਆਂ ਹੋਣਗੀਆਂ ਕਿ ਜਦੋਂ ਟਰੂਬੇ ਸਾਹਿਬ ਆਉਂਦੇ ਆ ਉਹਨਾਂ ਦਾ ਡੈਲੀਗੇਸ਼ਨ ਆਉਂਦਾ ਹੈ, ਹਰਦੀਪ ਸਿੰਘ ਪੁਰੀ ਤੇ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਰਿਸੀਵ ਕਰਦੇ ਹੈ, ਉਹ ਉਹਨਾਂ ਨੂੰ ਹਰਿਮੰਦਰ ਸਾਹਿਬ ਕੰਪਲੈਕਸ ਲੈ ਕੇ ਆਉਂਦੇ ਹੈ। ਹਰਿਮੰਦਰ ਸਾਹਿਬ ਕੰਪਲੈਕਸ ਦੇ ਵਿੱਚ ਜਿੱਥੇ ਟਰੂਬੇ ਸਾਹਿਬ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਵਾਗਤ ਕੀਤਾ ਗਿਆ, ਬੜੇ ਉਚੇਚ ਦੇ ਨਾਲ ਉਹਨਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਬੁਲਾਇਆ ਤੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਵੀ ਬੁਲਾਇਆ। ਬੀਬੀ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੀ ਕੇਂਦਰ ਵੱਲੋਂ ਕੋਈ ਡਿਊਟੀ ਨਹੀਂ ਲੱਗੀ, ਸ਼੍ਰੋਮਣੀ ਕਮੇਟੀ ਜਦ ਅਕਾਲੀ ਦਲ ਦੇ ਕੰਟਰੋਲ ਚ ਹੈ, ਸ਼੍ਰੋਮਣੀ ਕਮੇਟੀ ਦੀ ਵਜ੍ਹਾ ਕਾਰਨ ਉਹਨਾਂ ਨੇ ਕੱਲ ਉਹਨਾਂ ਨੂੰ ਜੀਆ ਕਿਹਾ। ਲੇਕਿਨ ਉੱਥੇ ਵੀ ਤੁਸੀਂ ਦੇਖਿਆ ਹੋਣਾ ਕਿ ਹਰਦੀਪ ਪੁਰੀ ਤੇ ਨਵਜੋਤ ਸਿੱਧੂ ਦੇ ਮੁਕਾਬਲਤਨ ਕਿਤੇ ਉਹਨਾਂ ਦੀ ਪੋਜੀਸ਼ਨ ਜਿਹੜੀ ਹੈ ਪਤਲੀ ਪਈ ਹੋਈ ਸੀ, ਉਹਨਾਂ ਦੀ ਕੋਈ ਉਸ ਦੀ ਜਿਹੜੀ ਹੈਗੀ ਹੈ ਹਿਲ ਜੁਲ ਜਾਂ ਹਰਕਤ ਹੈ ਜਿਹੜੀ, ਜਿਹਦੇ ਵਿੱਚ ਆਪਾਂ ਇਹ ਕਹਿ ਸਕੀਏ ਕਿ ਮਾਣ ਨਾਲ ਸਿਰ ਉੱਚਾ ਹੁੰਦਾ ਹੋਵੇ, ਉਹਦੇ ਵਿੱਚ ਉਹਨਾਂ ਨੇ ਮਾਰ ਖਾਧੀ ਹੈ। ਕੈਪਟਨ ਅਮਰਿੰਦਰ ਸਿੰਘ ਆਪਦੀ ਗੱਲ ਕਹਿ ਕੇ ਚਲਾ ਗਿਆ, ਉਹਦਾ ਮੰਤਰੀ ਵਿੱਚ ਸੀ, ਲੇਕਿਨ ਅਕਾਲੀ ਦਲ ਨੂੰ ਵੀ ਟਰੂਡੋ ਦੇ ਨਾਲ ਨਾਲ ਅਕਾਲੀ ਦਲ ਨੂੰ ਵੀ ਨਰਿੰਦਰ ਮੋਦੀ ਸਾਹਿਬ ਦੀ ਸਰਕਾਰ ਨੇ ਕੱਲ ਨੀਚਾ ਦਿਖਾਇਆ, ਇਹ ਗੱਲ ਸਾਰੀ ਸਭ ਆਪਣੇ ਸਾਹਮਣੇ ਹੈ। ਤੇ ਕੁੱਲ ਮਿਲਾ ਕੇ ਆਪਾਂ ਕਹਿ ਦਈਏ ਕਿ ਭਾਵੇਂ ਟਰੂਡੋ ਸਾਹਿਬ ਦੀ ਯਾਤਰਾ ਨੂੰ ਭਾਰਤ ਸਰਕਾਰ ਨੇ ਛਡਾਉਣ ਦਾ ਯਤਨ ਕੀਤਾ ਹੈ, ਲੇਕਿਨ ਟਰੂਡੋ ਸਾਹਿਬ ਨੂੰ ਜਿਵੇਂ ਭਾਰਤ ਦੇ ਖਾਸ ਕਰ ਪੰਜਾਬ ਦੇ ਲੋਕਾਂ ਨੇ ਪਿਆਰ ਸਤਿਕਾਰ ਦਿੱਤਾ ਹੈ, ਮੈਂ ਸਮਝਦਾ ਕਿ ਉਹਨਾਂ ਦੀ ਯਾਤਰਾ ਬਹੁਤ ਸਫਲ ਹੈ। ਔਰ ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਭਾਰਤੀ ਗੈਰ ਨਿਵਾਸੀ ਭਾਰਤੀ ਹੈ ਜਿਹੜੇ ਕੈਨੇਡਾ ਦੇ ਵਿੱਚ ਰਹੇ ਹੋਏ ਹੈ, ਉਹਨਾਂ ਦੇ ਮਾਪਿਆਂ ਨੂੰ, ਉਹਨਾਂ ਦੇ ਹਮ ਸਫਰਾਂ ਨੂੰ, ਉਹਨਾਂ ਦੇ ਵੱਡਿਆਂ ਵਡੇਰਿਆਂ ਨੂੰ ਉੱਥੇ ਆਉਣ ਦੀ ਜਿਹੜੀ ਹੈ ਖੁੱਲ ਜਾਂ ਉੱਥੋਂ ਦੀ ਨਾਗਰਿਕਤਾ ਵਗੈਰਾ ਜਾਂ ਪੀਆਰਸ਼ਿਪ ਜਿਹੜੀ ਹੈ ਉਹ ਦੇਣ ਦੇ ਵਿੱਚ ਵੀ ਟਰੂਡੋ ਸਾਹਿਬ ਚੰਗਾ ਯੋਗਦਾਨ ਪਾਉਣਗੇ, ਕਿਉਂਕਿ ਜਿਵੇਂ ਇਹਨਾਂ ਦੇ ਪਿਤਾ ਜੀ ਨੇ ਪਾਇਆ, ਇਹਨਾਂ ਨੇ ਆਪ ਪ੍ਰਵਾਸੀਆਂ ਪ੍ਰਤੀ ਬੜਾ ਵਧੀਆ ਨਜ਼ਰੀਆ ਰੱਖਿਆ ਹੈ, ਜਿਹੜਾ ਹੈਗਾ ਉਸਾਰੂ ਨਜ਼ਰੀਆ ਇਹਨਾਂ ਦਾ, ਉਹਦੇ ਮੁਤਾਬਕ ਪੰਜਾਬ ਵਾਸਤੇ ਉਹਨਾਂ ਦਾ ਇਹ ਜਿਹੜਾ ਹੈਗਾ ਦੌਰਾ ਇਹ ਕਾਫੀ ਲਾਹੇਵੰਦ ਰਹਿਣਾ ਜੀ। ਜੀ, ਸੋ ਬਹੁਤ ਬੇਸ਼ਕੀਮਤੀ ਜਾਣਕਾਰੀ ਢਿੱਲੋਂ ਸਾਹਿਬ ਤੁਸੀਂ ਇਸ ਮੁੱਦੇ ਦੇ ਉੱਤੇ ਸਾਂਝੀ ਕੀਤੀ ਹੈ, ਤੇ ਇਹ ਵੀ ਲੱਗਦਾ ਕਿ ਅਕਾਲੀ ਦਲ ਹੈ ਜਿਹੜਾ ਉਹ ਇਸ ਦੇ ਉੱਤੇ ਲਾਹਾ ਲੈਣ ਦੇ ਵਾਸਤੇ ਸ਼ਾਇਦ ਕਾਂਗਰਸ ਤੋਂ ਮੂਹਰੇ ਨਿਕਲਣ ਦੇ ਯਤਨ ਦੇ ਵਿੱਚ ਸੀ, ਦੌੜ ਦੇ ਵਿੱਚ ਸੀ। ਸੋ ਉਸ ਗੱਲ ਦਾ ਕਿੰਨਾ ਕੁ ਅਸਰ ਹੋਊਗਾ ਇਹ ਕਿ ਜਿਵੇਂ ਹੁਣ ਵਿਦੇਸ਼ਾਂ ਦੇ ਵਿੱਚ ਕਾਂਗਰਸ ਦੇ ਆਗੂਆਂ ਦਾ ਵਿਰੋਧ ਹੁੰਦਾ ਰਿਹਾ, ਇਹੋ ਜਿਹਾ ਵਿਰੋਧ ਹੈ ਜਿਹੜਾ ਅਕਾਲੀ ਦਲ ਦੇ ਆਗੂਆਂ ਦਾ ਵੀ ਹੋਇਆ, ਖਾਸ ਕਰਕੇ ਕੈਨੇਡਾ ਦੇ ਵਿੱਚ। ਤੇ ਹੁਣ ਜਦੋਂ ਸੁਖਬੀਰ ਸਿੰਘ ਬਾਦਲ ਹੋਰੇ ਸਨਮਾਨ ਦੇ ਵਾਸਤੇ ਪਹੁੰਚੇ ਆ, ਜਸਟਿਨ ਟਰੂਡੋ ਹੋਰਾਂ ਦੇ ਨਾਲ ਹਰਜੀਤ ਸੱਜਣ ਹੋਰਾਂ ਦੀ ਮੁਲਾਕਾਤ ਹੋ ਗਈ, ਕੈਪਟਨ ਅਮਰਿੰਦਰ ਸਿੰਘ ਦੀ ਹੋ ਗਈ, ਉਦੋਂ ਕੀ ਲੱਗਦਾ ਤੁਹਾਨੂੰ ਕਿ ਕਿਹੋ ਜੀ ਨਿਮਰਤਾ ਤੇ ਕਿਹੋ ਜਿਹਾ ਮਾਹੌਲ ਇਹਨਾਂ ਦੇ ਵਾਸਤੇ ਕੈਨੇਡਾ ਦੇ ਵਿੱਚ ਸਿਰਜਿਆ ਜਾਊਗਾ? ਦੇਖੋ, ਗੱਲ ਕੀ ਹੈ ਕਿ ਕੈਨੇਡਾ ਦੇ ਜਿਹੜੇ ਹੈਗੇ ਨਾ ਸਾਡੇ ਪ੍ਰਵਾਸੀ ਜਿਹੜੇ ਪੰਜਾਬੀ ਖਾਸ ਕਰਕੇ ਸਿੱਖ ਭਾਈਚਾਰੇ ਦੇ ਲੋਕ ਜਿਹੜੇ ਕੈਨੇਡਾ ਚ ਰਹਿੰਦੇ ਹੈ, ਉਹ ਸਾਡੇ ਪੰਜਾਬ ਵਾਲੇ ਸਿੱਖਾਂ ਦੇ ਨਾਲੋਂ ਕਿਤੇ ਜ਼ਿਆਦਾ ਸੁਚੇਤ ਹੈ। ਮੇਰਾ ਜਿਹੜਾ ਨਜ਼ਰੀਆ ਜਾਂ ਜਿਹੜਾ ਮੇਰਾ ਵਿਸ਼ਲੇਸ਼ਣ ਹੈ, ਮੈਂ ਮਹਿਸੂਸ ਕਰਦਾ ਕਿ ਸਿੱਖੀ ਓਨੀ ਮਜ਼ਬੂਤ ਪੰਜਾਬ ਚ ਨਹੀਂ ਜਿੰਨੀ ਪੰਜਾਬੋਂ ਬਾਹਰ ਹੈ। ਪੰਜਾਬ ਤੋਂ ਬਾਹਰ ਜਿਹੜੇ ਸਿੱਖ ਰਹਿੰਦੇ ਹੈ, ਜਿਹੜੇ ਭਾਰਤ ਦੇ ਵਿੱਚ ਵੀ ਰਹਿੰਦੇ ਹੈ, ਉਹਨਾਂ ਦਾ ਸਿੱਖੀ ਦੇ ਵਿੱਚ ਕਿਤੇ ਸਾਡੇ ਨਾਲ ਵੱਧ ਵਿਸ਼ਵਾਸ ਹੈ। ਵਿਦੇਸ਼ਾਂ ਦੇ ਵਿੱਚ ਜਿਹੜੇ ਸਾਡਾ ਭਾਈਚਾਰਾ ਰਹਿੰਦਾ, ਉਹ ਭਾਈਚਾਰਾ ਸਿੱਖ ਸਿਧਾਂਤਾਂ ਨੂੰ ਲੈ ਕੇ, ਸਿੱਖ ਪਰੰਪਰਾਵਾਂ ਨੂੰ ਲੈ ਕੇ, ਸਿੱਖ ਰਵਾਇਤਾਂ ਨੂੰ ਲੈ ਕੇ ਸਾਡੇ ਨਾਲੋਂ ਬਹੁਤ ਜ਼ਿਆਦਾ ਸੁਚੇਤ ਹੈ। ਕਾਰਨ ਇਹ ਹੈ ਕਿ ਅਸੀਂ ਇੱਥੇ ਬੈਠੇ ਹਾਂ, ਅਸੀਂ ਇੱਥੇ ਗੁਲਾਮ ਹੁੰਦੇ ਹਾਂ ਕਿਸਮ ਦੇ ਪੋਲੀਟੀਕਲ ਬੰਦਿਆਂ ਦੇ, ਸਾਨੂੰ 100 ਗਰਜਾਂ ਪੈਂਦੀਆਂ। ਅਸੀਂ ਨਾ ਚਾਹੁੰਦਿਆਂ ਹੋਇਆਂ ਵੀ ਕਿ ਇਹ ਪਾਰਟੀ ਨੂੰ ਅਸੀਂ ਵੋਟ ਨਹੀਂ ਪਾਉਣੀ, ਪਰ ਕਰਕੇ ਜਦੋਂ ਪ੍ਰੈਸ਼ਰ ਬਣਦਾ ਹੈ, ਬੜੇ ਬੜੇ ਪ੍ਰੈਸ਼ਰ ਬਣਦੇ ਆ ਪੰਜਾਬ ਦੇ, ਆਪਾਂ ਵਸਨੀਕ ਹੈ, ਸਾਡੇ ਪ੍ਰਵਾਸੀ ਭਾਈਚਾਰੇ ਨੂੰ ਵੀ ਇਸ ਗੱਲ ਦਾ ਪਤਾ ਵੀ ਇੱਥੇ ਕੀ ਕੀ ਹਰਦੇ ਵਰਤੇ ਜਾਂਦੇ ਆ, ਲੋਕਾਂ ਨੂੰ ਆਪਦੇ ਹੱਕ ਵਿੱਚ ਭੁਗਤਾਉਣ ਵਾਸਤੇ ਭੁਗਤਾ ਲਏ ਜਾਂਦੇ ਆ। ਲੇਕਿਨ ਕੈਨੇਡਾ, ਅਮੈਰੀਕਾ, ਇੰਗਲੈਂਡ ਜਿਹੜਾ ਹੈਗਾ, ਜੇ ਅਸੀਂ ਦੇਖੀਏ ਤੇ ਉੱਥੋਂ ਦੀ ਫਿਜ਼ਾ ਜਿਹੜੀ ਹੈਗੀ ਹੈ ਉਹ ਬੜੀ ਖੁੱਲੀ ਹੈ। ਉਸ ਫਿਜ਼ਾ ਦੇ ਵਿੱਚ ਰਹਿਣ ਵਾਲੇ ਲੋਕ ਆਪਣੇ ਆਜ਼ਾਦਾਨਾ ਢੰਗ ਦੇ ਨਾਲ ਸੋਚ ਰਹੇ ਹੈ, ਤੇ ਜਦੋਂ ਬੰਦਾ ਆਜ਼ਾਦਾਨਾ ਢੰਗ ਦੇ ਨਾਲ ਸੋਚਦਾ ਹੈ, ਤੇ ਫਿਰ ਸਾਰਾ ਪਿਛਲਾ ਲੇਖਾ ਜੋਖਾ ਕਰ ਰਿਹਾ ਕਿ ਅਕਾਲੀ ਦਲ ਤਾਂ ਬਹੁਤ ਵੱਡੀ ਚੀਜ਼ ਹੈ। ਅਕਾਲੀ ਦਲ 1920 ਦੇ ਅਕਾਲੀ ਦਲ ਬਣਿਆ ਸੀ, ਔਰ ਇਸ ਅਕਾਲੀ ਦਲ ਨੇ ਚੰਗੇ ਆਜ਼ਾਦੀ ਤੋਂ ਲੈ ਕੇ ਗੁਰਦੁਆਰਾ ਸਧਾਰ ਲਹਿਰ ਦੇ ਵਿੱਚ ਜਿੱਡਾ ਵੱਡਾ ਯੋਗਦਾਨ ਪਾਇਆ ਹੈ, ਉਸਦਾ ਕੋਈ ਹੋਰ ਸਾਨੀ ਨਹੀਂ ਹੈ। ਲੇਕਿਨ ਜਿਸ ਵੇਲੇ ਤੋਂ ਅਕਾਲੀ ਦਲ ਦੇ ਉੱਤੇ ਬਾਦਲ ਪਰਿਵਾਰ ਦੀ ਪਕੜ ਮਜ਼ਬੂਤ ਹੋਈ ਹੈ, ਉਹ ਤੋਂ ਬਾਅਦ ਸਿੱਖ ਸਿਧਾਂਤਾਂ ਦਾ, ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜੋ ਨਿਗਾਰ ਹੈ, ਜੋ ਉਸ ਨਿਗਾਰ ਦੀ ਵਜ੍ਹਾ ਕਾਰਨ ਡੇਰਾਬਾਦ ਪ੍ਰਫੁੱਲਤ ਹੋਇਆ ਹੈ। ਜਿਵੇਂ ਤੁਸੀਂ ਦੇਖਿਆ ਕਿ ਚਲੋ ਡੇਰਾਬਾਦ ਪ੍ਰਫੁੱਲਤ ਹੋਣਾ ਇੱਕ ਵੱਖਰੀ ਗੱਲ ਹੈ, ਜਦੋਂ ਡੇਰਾਬਾਦ ਸਿੱਖੀ ਦੇ ਨਾਲ ਸ਼ਰੀਕੇਬਾਜ਼ੀ ਕਰਨ ਲੱਗ ਜਾਏ,
ਔਰ ਡੇਰਾ ਸੱਚਾ ਸੌਦਾ ਦਾ ਮੁਖੀ ਗੁਰੂ ਗੋਬਿੰਦ ਸਿੰਘ ਜੀ ਤਰਜ਼ ਦੇ ਉੱਤੇ ਉਹਦਾ ਬਾਣਾ ਪਾ ਕੇ ਜਿਵੇਂ ਉਹਨਾਂ ਨੇ ਖਾਲਸਾ ਪੰਥ ਸਾਜਿਆ ਸੀ ਉਹ ਸ਼ਰਬਤ ਪਿਓ ਦਾ ਆਪਦੇ ਸੱਤ ਪ੍ਰੇਮੀਆਂ ਨੂੰ ਤੇ ਉਹਨਾਂ ਨੂੰ ਇਨਸਾਨ ਦਾ ਰੂਪ ਦਿੰਦਾ ਹੈ ਔਰ ਬਾਅਦ ਦੇ ਵਿੱਚ ਉਸ ਗੱਲ ਨੂੰ ਗਲੋਰੀਫਾਈ ਕਰਨ ਵਾਸਤੇ ਉਸਨੂੰ ਦੱਸਣ ਵਾਸਤੇ ਕਿ ਹਾਂ ਮੈਂ ਸ਼ਰੀਕੇਬਾਜ਼ੀ ਕੀਤੀ ਹੈ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦਿੰਦਾ ਹੈ ਉਹਦੇ ਖਿਲਾਫ਼ ਜਿਵੇਂ ਪਰਚਾ ਦਰਜ ਹੁੰਦਾ ਹੈ ਕਿਵੇਂ ਉਹ ਪਰਚਾ ਵਾਪਸ ਲਿਆ ਗਿਆ ਫਿਰ ਉਹਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਛੇਕਿਆ ਗਿਆ ਸਿੱਖ ਪੰਥ ਚੋਂ ਕੱਢਿਆ ਗਿਆ ਉਹਦਾ ਧਾਰਮਿਕ ਸਮਾਜਿਕ ਰਾਜਨੀਤਿਕ ਬਾਈਕਾਟ ਕੀਤਾ ਗਿਆ ਔਰ ਬਾਅਦ ਵਿੱਚ ਵੋਟ ਰਾਜਨੀਤੀ ਦੀ ਖਾਤਰ ਜਿਵੇਂ ਉਹਨੂੰ ਪਹਿਲਾਂ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬਾਨ ਜਿਹੜੇ ਜਾਂ ਤਖ਼ਤ ਸਾਹਿਬਾਨ ਦੇ ਸਿੰਘ ਸਾਹਿਬਾਨ ਹੈ ਉਹਨਾਂ ਦੇ ਉੱਤੇ ਪ੍ਰਭਾਵ ਪਾ ਕੇ ਉਹਨੂੰ ਪਹਿਲਾਂ ਪ੍ਰਭਾਵ ਪਾ ਕੇ ਉਹਨੂੰ ਪਹਿਲਾਂ ਦੋਸ਼ ਮੁਕਤ ਕਰਵਾਇਆ ਗਿਆ ਉਹਨੇ ਮਾਫ਼ੀ ਮੰਗੀ ਕੋਈ ਨੀ ਕਿ ਸਪਸ਼ਟੀਕਰਨ ਦੇ ਆਧਾਰ ਤੇ ਉਹਨੂੰ ਮਾਫ਼ ਕੀਤਾ ਗਿਆ ਫਿਰ ਤੁਸੀਂ ਮੰਨੋ ਕਿ ਸਿੱਖਾਂ ਨੂੰ ਕਿਹਾ ਗਿਆ ਤੁਸੀਂ ਮੰਨੋ ਕਿ ਜਿਹੜਾ ਇਹ ਮਾਫ਼ੀਨਾਮਾ ਠੀਕ ਹੈ 91 ਲੱਖ ਰੁਪਏ ਦੇ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦਿੱਤੇ ਗਏ ਤੇ ਜਦੋਂ ਸਿੱਖ ਪੰਥ ਨੇ ਉਹਨੂੰ ਦੁਰਕਾਰਤਾ ਸਿੱਖ ਪੰਥ ਦੇ ਸਿੰਘ ਸਾਹਿਬਾਨ ਨੂੰ ਵੀ ਜਿਹੜਾ ਹੈਗਾ ਮੰਨਣ ਤੋਂ ਇਨਕਾਰ ਕਰਤਾ ਚੱਬੇ ਦੇ ਵਿੱਚ ਐਡਾ ਵੱਡਾ ਸਰਬੱਤ ਖਾਲਸਾ ਹੁੰਦਾ ਹੈ ਉਹਦਾ ਨਤੀਜਾ ਹੋਇਆ ਫਿਰ ਬਾਅਦ ਦੇ ਵਿੱਚ ਜਿਹੜਾ ਮਾਫ਼ੀ ਕੀਤੀ ਸੀ ਉਹ ਮਾਫ਼ੀਨਾਮਾ ਵੀ ਵਾਪਸ ਲੈ ਲਿਆ ਇਹ ਸਾਰੀਆਂ ਚੀਜ਼ਾਂ ਦੇਸ਼ਾਂ ਦੇ ਵਿੱਚ ਵਸਦੇ ਸਿੱਖ ਭਾਈਚਾਰੇ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਵੱਖਰੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਦੇ ਬਾਦਲ ਪਰਿਵਾਰ ਦੇ ਕੰਟਰੋਲ 'ਚ ਹੈ ਕੱਲ ਉੱਥੇ ਦੋਨੇ ਮੀਆਂ ਬੀਬੀ ਸੁਖਵੀਰ ਤੇ ਹਰਸਿਮਰਤ ਜਾਂਦੇ ਹੈ ਜਸਟਿਨ ਟਰੂਡੋ ਸਾਹਿਬ ਨੂੰ ਫੁੱਲ ਵੀ ਭੇਟ ਕਰਦੇ ਹੈ ਹੱਥ ਵੀ ਮਿਲਾਉਂਦੇ ਹੈ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਹੈ ਪਰ ਜੇ ਤੁਸੀਂ ਕਹਿ ਦਿਓ ਕਿ ਇਹ ਸਿਰਫ ਇਹਦੀ ਵਜ੍ਹਾ ਕਾਰਨ ਵਿਦੇਸ਼ੀ ਜਿਹੜਾ ਸਾਡਾ ਪੰਜਾਬੀ ਭਾਈਚਾਰਾ ਸਿੱਖ ਭਾਈਚਾਰਾ ਉਹਦੇ ਵਿੱਚ ਉਹ ਆਪਣੀਆਂ ਜੜਾਂ ਮਜ਼ਬੂਤ ਕਰਨ ਲੈਣਗੇ ਮੈਨੂੰ ਨਹੀਂ ਜਾਪਦਾ ਹਾਂ ਜਿੱਥੋਂ ਤੱਕ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕੀਤੀ ਹੈ ਵੀ ਉਹਦੀ ਸਰਕਾਰ ਉਹਨੇ ਜਾ ਕੇ ਉਹਨੇ ਕੀਤਾ ਕਰਾਇਆ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਉਹ ਗਲਤੀ ਕੀਤੀ ਸੀ ਸੱਜਣ ਵਾਲੀ ਸੱਜਣ ਸਾਹਿਬ ਨੂੰ ਨਾ ਮਿਲ ਕੇ ਜਾਂ ਨਹੀਂ ਮਿਲਣਾ ਸੀ ਨਾ ਮਿਲਦੇ ਜਿਵੇਂ ਓਪਨਲੀ ਕਿਹਾ ਕਿ ਮੈਂ ਇਹਨੂੰ ਨਹੀਂ ਮਿਲਣਾ ਉਹਦੇ ਨਾਲ ਉਹਨਾਂ ਨੇ ਵੀ ਉਸ ਵੇਲੇ ਕਾਫੀ ਖੁਨਾਮੀ ਖੱਟ ਲਈ ਸੀ ਲੇਕਿਨ ਹੁਣ ਭਾਵੇਂ ਹਾਲਾਤ ਜਿਹੜੇ ਆ ਨੋਰਮਲ ਹੋ ਗਏ ਹੈ ਲੇਕਿਨ ਇੱਕ ਵਾਰੀ ਜਿਵੇਂ ਕਹਿੰਦੇ ਹੁੰਦੇ ਨੇ ਜਦੋਂ ਕਿਸੇ ਬੰਦੇ ਦੇ ਬਾਰੇ ਕੋਈ ਪ੍ਰਭਾਵ ਪੁੱਠਾ ਬਣ ਜੇ ਉਹਨੂੰ ਦਰੁਸਤ ਕਰਨ ਵਾਸਤੇ ਟਾਈਮ ਬੜਾ ਲੱਗਦਾ ਹੈ ਕੁੱਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੇ ਸਾਡੇ ਵਿਦੇਸ਼ਾਂ ਦੇ ਵਿੱਚ ਬਸਦਾ ਸਿੱਖ ਭਾਈਚਾਰਾ ਉਹ ਪੋਲੀਟੀਕਲ ਲੀਡਰਾਂ ਦੀਆਂ ਜਿਹੜੀਆਂ ਆਪਾਂ ਕਹਿ ਸਕਦੇ ਲੂੰਬੜ ਚਾਲਾਂ ਇਹਨਾਂ ਲੂੰਬੜ ਚਾਲਾਂ ਦੇ ਵਿੱਚ ਆਉਣ ਵਾਲਾ ਨਹੀਂ ਜੀ ਜੀ ਸੋ ਬਹੁਤ ਮਿਹਰਬਾਨੀ ਢਿੱਲੋਂ ਸਾਹਿਬ ਬੜੀ ਵਧੀਆ ਜਾਣਕਾਰੀ ਤਫਸੀਲ ਦੇ ਨਾਲ ਤੁਸੀਂ ਸਰੋਤਾਂ ਦੇ ਨਾਲ ਸਾਂਝੀ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਲੇ ਹਫ਼ਤੇ ਸ਼ੁਕਰੀਆ ਜੀ ਮਿਹਰਬਾਨੀ ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ ਸੋ ਇਹ ਸੀਗੇ ਜੀ ਬਖਤੌਰ ਸਿੰਘ ਢਿੱਲੋਂ ਸਾਹਿਬ ਸੱਜਣੋ ਤੁਸੀਂ ਗੱਲਬਾਤ ਸੁਣ ਰਹੇ ਸੀ ਅੱਜ ਦੇ ਖਾਸ ਪ੍ਰੋਗਰਾਮ ਸਿੱਧੂ ਲਾਈਵ ਸ਼ੋਅ ਦੇ ਵਿੱਚ ਤੇ ਜਾਣਿਆ ਤੁਸੀਂ ਕਿ ਕਿਵੇਂ ਜਸਟਿਨ ਟਰੂਡੋ ਹੋਰਾਂ ਦੀ ਸਾਂਝ ਭਾਰਤ ਦੇ ਨਾਲ ਅਤੇ ਕਿਵੇਂ ਉਨ੍ਹਾਂ ਦੀ ਗੇੜੀ ਦੇ ਮਕਸਦ ਮਫਾਦ ਆ ਜਿਹੜੇ ਉਹ ਵੱਖੋ ਵੱਖਰੇ ਨਜ਼ਰੀਏ ਤੋਂ ਦੇਖੇ ਜਾ ਰਹੇ ਆ ਤੇ ਬਾਕੀ ਸਾਰੀਆਂ ਗੱਲਾਂ ਤੁਸੀਂ ਸੁਣ ਲਈਆਂ ਅਗਲੀਆਂ ਕੁਛ ਹੋਰ ਗੱਲਾਂ ਕਰਦੇ ਆ ਪਰਮਵੀਰ ਬਾਠ ਸਾਹਿਬ ਦੇ ਨਾਲ ਕੁਛ ਹੀ ਪਲਾਂ ਤੋਂ ਬਾਅਦ